सो गाइस, मेरी आवाज क्लियरली सुनाई दे रही होगी? ठीक है, तो आज आप शुरू कर रहे हैं। होप कि मेरी आवाज क्लियरली सुनाई दे रही है। तो पंजाब के बारे में शुरुआत कर रहे हैं। ठीक है, पंजाब की इंट्रोडक्शन दे रहे हैं। पंजाब का है एक्चुअली, देखो जी, अपनी पंजाब की हिस्ट्री ही इन्नी वड्डी है कि आप बाहर में तो की कवर करा, पंजाब की कवर करनी बहुत औखी है। एक होर चीज दस दिना हूं, आप कई बार की है सिलेबस कवर करते हैं जिहड़ा कि एग्जामिनर ने दिता हुंदा, ਆਪਾਂ ਉਹਦੇ ਉੱਪਰ ਹੀ ਰੱਟਾ ਮਾਰਦੇ ਰਹਿੰਦੇ, ਪਰ ਉਸ ਸਿਲੇਬਸ ਤੋਂ ਬਾਹਰ ਚੱਲੋ। ਹੈਲੋ ਅਮਨਦੀਪ, ਮੇਰੀ ਆਵਾਜ਼ ਸੁਣੀ ਦੇ ਰਹੀ ਹੈ ਨਾ? ਜਿਹੜਾ ਐਗਜ਼ਾਮਿਨਰ ਨੇ ਸਿਲੇਬਸ ਦਿੱਤਾ ਹੋਇਆ ਨਾ, ਉਸ ਸਿਲੇਬਸ ਤੋਂ ਬਾਹਰ ਚੱਲ ਕੇ ਹੀ ਫਾਇਦਾ ਹੋਊਗਾ, ਕਿਉਂਕਿ ਕੰਪੀਟੀਸ਼ਨ ਦਾ ਕਦੇ ਵੀ ਕੋਈ ਸਿਲੇਬਸ ਨਹੀਂ ਹੁੰਦਾ ਜਿਹੜਾ ਕਿ ਜਸਟ ਮੈਂਸ਼ਨ ਕੀਤਾ ਹੁੰਦਾ, ਤੁਹਾਨੂੰ ਆਈਡੀਆਜ਼ ਦਿੰਦੇ ਨੇ। ਕਈ ਸਟੂਡੈਂਟਸ ਕੀ ਆ, ਉਸੀ ਸਿਲੇਬਸ ਦੇ ਅਕੋਰਡਿੰਗ ਹੀ ਚੱਲਦੇ ਨੇ ਕਿ ਵੀ ਆਹ ਕਰ ਲਿਆ ਚਲੋ ਓਕੇ ਆ, ਨਹੀਂ ਉਸ ਤੋਂ ਵਾਈਡ ਚੱਲੋ। ਤੇ ਜਿਹੜੀ ਪੰਜਾਬ ਆਪਣੇ ਇੰਡੀਆ ਦੀ ਹਿਸਟਰੀ ਹੈ ਨਾ, ਆਪਣੇ ਇੰਡੀਆ ਦੀ ਹਿਸਟਰੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਪੰਜਾਬ ਤੋਂ ਹੁੰਦੀ ਹੈ, ਕਿਉਂਕਿ ਸਿੰਧ ਘਾਟੀ ਦੀ ਸਭਿਅਤਾ, ਵੈਦਿਕ ਏਜ, ਅਰਲੀ ਵੈਦਿਕ ਏਜ, ਲੇਟਰ ਵੈਦਿਕ ਏਜ, ਤੇ ਸਾਰਾ ਕੁਝ ਸ਼ੁਰੂਆਤ ਇੱਥੋਂ ਹੀ ਹੋਈ ਹੈ। ਤੇ ਆਪਾਂ ਉੱਥੇ ਐਗਜ਼ਾਮਿਨਰ ਕਹਿ ਦਿੰਦਾ ਹੁੰਦਾ ਹੈ ਕਿ 14ਵੀਂ ਤੋਂ 15ਵੀਂ ਸੈਂਚਰੀ ਤੋਂ ਬਾਅਦ ਦੀਆਂ ਘਟਨਾਵਾਂ ਤੁਸੀਂ ਕੀ ਹੈ ਕਵਰ ਕਰਨੀਆਂ ਨੇ ਪੇਪਰ 'ਚ। ਪਰ ਐਗਜ਼ਾਮਿਨਰ ਉੱਥੇ ਪੇਪਰ 'ਚ ਕੁਸ਼ਚਨ ਪਾ ਦਿੰਦਾ ਸਿੰਧ ਘਾਟੀ ਦੀ ਸਭਿਅਤਾ, ਜਾਂ ਫਿਰ ਵੈਦਿਕ ਏਜ ਹੋ ਗਿਆ, ਜਾਂ ਲੇਟਰ ਵੈਦਿਕ ਏਜ ਹੋ ਗਿਆ, ਜਾਂ ਮਹਾਜਨਪਦ ਵਾਲੇ ਏਰੀਆਸ ਹੋ ਗਏ। ਆਪਾਂ ਕਹਿੰਦੇ ਕਿ ਵੀ ਇਹ ਤਾਂ ਆਊਟ ਆਫ ਸਿਲੇਬਸ, ਮਤਲਬ ਸਿਲੇਬਸ ਦੇ ਅਕੋਰਡਿੰਗ ਕੁਐਸਚਨ ਨਹੀਂ ਪਾਏ। ਤੇ ਬਾਅਦ ਵਿੱਚ ਕਲੇਮ, ਇੱਕ ਕੇਸ ਦੀ ਗੱਲ ਕਰਾਂ ਜਿਹੜਾ ਰੀਸੈਂਟਲੀ ਕੇਸ ਹੈਪਨਡ ਹੋਇਆ, ਤਾਂ ਕੋਰਟ ਦਾ ਫੈਸਲਾ ਸੀ, ਤੇ ਸੋਰੀ ਬੋਰਡ ਦਾ ਫੈਸਲਾ ਸੀਗਾ ਕਿ ਅਸੀਂ ਪੰਜਾਬ ਦਾ ਹੀ ਪਾਇਆ ਹੈ, ਕਿਉਂਕਿ ਪੰਜਾਬ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ। ਉਸ ਤੋਂ ਬਾਅਦ ਕੋਈ ਡਾਊਟ ਨਹੀਂ। ਮੈਂ ਤੁਹਾਨੂੰ ਪੰਜਾਬ ਜਿਹੜੇ ਰੀਸੈਂਟਲੀ ਪੇਪਰ ਹੋ ਕੇ ਹਟੇ ਨੇ, ਚਾਹੇ ਉਹ ਪੀਟਰ ਪ੍ਰੈਸਟੀ ਨੇ ਲਏ ਨੇ, ਉਹਦੇ ਵਿੱਚ ਕੀ ਹੈ, ਸਿੰਧ ਘਾਟੀ ਦੀ ਸਭਿਅਤਾ ਜਾਂ ਵੈਦਿਕ ਦੇ ਮਹਾਭਾਰਤ ਦੇ ਰਿਗਾਰਡਿੰਗ ਪੇਪਰ 'ਚ ਕੁਐਸਚਨ ਆਉਂਦੇ ਨੇ ਕਿ ਵੀ ਆਹ ਕਿੱਥੋਂ ਪਾਤੇ, ਤਾਂ ਸਿਲੇਬਸ ਤੋਂ ਬਾਹਰ ਪਾਤੇ, ਪਰ ਉਹ ਏਰੀਆਜ਼ ਕਿਹੜੇ ਸੀ? ਪੰਜਾਬ ਦੇ ਏਰੀਆ 'ਚ ਸੀ। ਤੇ ਅੱਜ ਮੈਂ ਸ਼ੁਰੂ ਕਰ ਰਿਹਾ ਕਿ ਵੀ ਪੰਜਾਬ ਜਿਹੜਾ ਵਰਡ ਹੈ, ਸ਼ਬਦ ਤੋਂ ਹੀ ਸ਼ੁਰੂ ਕਰ ਰਿਹਾ, ਤਾਂ ਇਹ ਸ਼ਬਦ ਜਿਹੜਾ ਪਰਸ਼ੀਅਨ ਲੈਂਗੁਏਜ ਤੋਂ ਲਿਆ ਗਿਆ ਹੈ, ਜਿਸਦਾ ਮਤਲਬ ਹੁੰਦਾ ਇਹਦਾ ਲੈਂਡ ਆਫ ਫਾਈਵ ਰਿਵਰਸ, ਪੰਜ ਦਰਿਆਵਾਂ ਦੀ ਧਰਤੀ ਕਹਿ ਦਿੰਦੇ ਆ ਇੱਥੇ। ਤਾਂ ਇਹ ਜੋ PUN ਹੈ, ਇਸਦਾ ਮਤਲਬ ਕੀ ਹੈ? ਫਾਈਵ ਜਾਬ ਦਾ ਮਤਲਬ ਕੀ ਹੈ? ਵੋਟਰ ਬੋਡੀਜ਼। ਤਾਂ ਪੰਜ ਵੋਟਰ ਬੋਡੀਜ਼ ਦੇ ਨਾਲ ਮਿਲ ਕੇ ਬਣੀ ਹੋਈ ਧਰਤੀ ਨੂੰ ਕੀ ਬੋਲਦੇ ਆ? ਪੰਜਾਬ ਬੋਲਦੇ ਆ। ਵੈਸੇ ਜੇ ਆਪਾਂ ਇਹਨੂੰ ਆਈਡੀਆ ਲਾਈਏ, ਪੰਜਾਬ ਨੂੰ ਕੀ ਹੈ, ਸੱਤ ਸਿੰਧ ਵੀ ਬੋਲਦੇ ਹੁੰਦੇ ਸੀ, ਠੀਕ ਹੈ, ਉਹ ਸੈਵਨ ਲੈਂਡ ਮਤਲਬ ਕਿ ਸੱਤ ਦਰਿਆਵਾਂ ਦੀ ਧਰਤੀ। ਸਿੰਧ ਨਦੀ ਤੇ ਸਿੰਧ ਦੀਆਂ ਸਹਾਇਕ ਨਦੀਆਂ ਦੀ ਗੱਲ ਕਰਾਂਗੇ, ਜਾਂ ਆਪਾਂ ਕੀ ਬਣਗੇ, ਜਿਹੜਾ ਸਿੰਧ ਹੈ ਉਸ ਸਿੰਧ ਦੀ ਕੀ ਹੈ ਸਹਾਇਕ ਨਦੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀਗੀਆਂ। ਆਪਾਂ ਜੇ ਉੱਪਰ ਤੋਂ ਥੱਲੇ ਤੱਕ ਚੱਲੀਏ, ਤਾਂ ਪਹਿਲੇ ਨੰਬਰ ਤੇ ਉੱਪਰ ਕੀ ਆਏਗੀ? ਜੇਹਲਮ। ਜੇਹਲਮ ਤੋਂ ਬਾਅਦ ਕੀ ਨੀਚੇ ਆਏਗੀ? ਚਨਾਬ। ਚਨਾਬ ਤੋਂ ਬਾਅਦ ਕੀ ਹੈ? ਰਾਵੀ। ਰਾਵੀ ਤੋਂ ਬਾਅਦ ਕੀ ਹੈ? ਬਿਆਸ। ਬਿਆਸ ਤੋਂ ਬਾਅਦ ਸਤਲੁਜ। ਸਤਲੁਜ ਤੋਂ ਬਾਅਦ ਸਰਸਵਤੀ। ਸਰਸਵਤੀ ਨੂੰ ਬੋਲਦੇ ਸੀ ਨੰਦੀ ਤਾਰਨਾ। ਉਹ ਸਪਸਿੰਧੂ ਵਰਡ ਹੈ ਵੈਦਿਕ ਏਜ, ਜਾਂ ਫਿਰ ਕੀ ਆਪਾਂ ਐਂਸ਼ੀਅੰਟ ਨੇਮ ਕਹਿ ਦਿੰਦੇ ਹਾਂ। ਪਰ ਇੱਥੇ ਇਹ ਐਂਸ਼ੀਅੰਟ ਨੇਮ ਨਹੀਂ ਹੈ, ਇੱਥੇ ਇਸ ਸ਼ਬਦ ਦਾ ਮੀਨਿੰਗ ਹੈ। ਤਾਂ ਇਹ ਪਰਸ਼ੀਅਨ ਲੈਂਗੁਏਜ ਦੇ ਸ਼ਬਦ ਤੋਂ ਬਣਿਆ ਹੈ, ਪੰਜਾਬ ਦਾ ਲੈਂਡ ਆਫ ਫਾਈਵ ਰਿਵਰਸ। ਤਾਂ ਇਸ ਪੰਜਾਬ ਤੋਂ ਇਲਾਵਾ ਕੁਛ ਵਰਡਸ ਨੇ ਗਾਇਸ, ਉਸਨੂੰ ਆਪਾਂ ਲਿਖ ਲਵਾਂਗੇ ਕੋਲੈਕਟਿਵਲੀ, ਜਿਵੇਂ ਕਿ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਪੰਜਾਬ ਤੋਂ ਇਲਾਵਾ ਜੋ ਸ਼ਬਦ ਹੈ ਦੁਆਬ, ਮੈਂ ਦੁਆਬ ਬਾਰੇ ਵੀ ਕਰਵਾਊਂਗਾ, ਠੀਕ ਹੈ। ਇਹ ਟੇਢੇ ਕੁਐਸਚਨ ਨੇ ਜਿਹੜੇ ਆਉਂਦੇ ਨੇ, ਤੁਹਾਨੂੰ ਦੱਸੂਗਾ ਕਿਹੜੇ ਪੇਪਰਾਂ 'ਚ ਆ ਚੁੱਕੇ ਨੇ। ਦੁਆਬ ਵੀ ਕਿਹੜੀ ਭਾਸ਼ਾ ਦਾ ਸ਼ਬਦ ਹੈ? ਇਹ ਵੀ ਪਰਸ਼ੀਅਨ ਭਾਸ਼ਾ ਦਾ ਵਰਡ ਹੈ। ਤਾਂ ਦੁਆਬ ਪਰਸ਼ੀਅਨ ਭਾਸ਼ਾ ਦਾ ਜਿਹੜਾ ਵਰਡ ਹੈ, ਉਹ ਕਿਵੇਂ ਮੈਂ ਤੁਹਾਨੂੰ ਡਿਸਕ੍ਰਾਈਬ ਕਰੂੰਗਾ? ਦੋ ਪਲੱਸ ਆਬ। ਦੋ ਪਲੱਸ ਆਬ ਮਤਲਬ ਦੋ, ਮਤਲਬ ਕਿ ਟੂ, ਆਬ ਮਤਲਬ ਕਿ ਵਾਟਰ ਬੋਡੀਜ਼। ਤਾਂ ਦੁਆਬ ਦਾ ਮਤਲਬ ਹੁੰਦਾ ਆ ਲੈਂਡ ਬਿਟਵੀਨ ਟੂ, ਸੋਰੀ, ਆ ਲੈਂਡ ਬਿਟਵੀਨ ਟੂ ਵਾਟਰ ਬੋਡੀਜ਼, ਦੋ ਨਦੀਆਂ ਵੀ ਦੇ ਵਿਚਕਾਰ ਲਾ, ਦੋ ਨਦੀਆਂ ਦੇ ਵਿਚਕਾਰ ਵਾਲੀ ਨਦੀ ਕੀ ਕਹਿਲਾ, ਸੋਰੀ, ਏਰੀਆ ਕੀ ਕਹਿਲਾਉਂਦਾ ਹੈ? ਦੁਆਬ। ਦੁਆਬ ਰੀਸੈਂਟਲੀ ਪੇਪਰ 'ਚ ਕੁਐਸਚਨ ਆਇਆ ਕਿ ਵੀ ਆਪਣੇ ਪੰਜਾਬ ਦੇ ਵਿੱਚ ਦੁਆਬ ਕਿੰਨੇ ਤਰ੍ਹਾਂ ਦੇ ਪਾਏ ਜਾਂਦੇ ਨੇ। ਤਾਂ ਦੁਆਬ ਕਿੰਨੇ ਤਰ੍ਹਾਂ ਜਾਂਦੇ ਨੇ? ਦੁਆਬ ਕਿੰਨੇ ਤਰ੍ਹਾਂ ਦੇ ਨੇ? ਇਹ ਆਪਣੇ ਪੰਜ ਤਰ੍ਹਾਂ ਦੇ ਦੁਆਬ ਨੇ, ਠੀਕ ਹੈ ਜੀ। ਸਿਰਫ ਹਾਲੇ ਕੀ ਹੈ, ਮੈਂ ਦੁਆਬ ਨਹੀਂ ਸ਼ੁਰੂ ਕਰੂੰਗਾ, ਵਰਡ ਦੱਸ ਰਿਹਾ, ਰੈਫਰ ਕਰ ਰਿਹਾ ਵਰਡ। ਤਾਂ ਇਹ ਪੰਜਾਬ ਤੇ ਇੱਕ ਦੁਆਬ ਦੋਨੇ ਭਾਸ਼ਾ ਦਾ ਕਿਹੜੀ ਸ਼ਬਦ ਹੈ? ਪਰਸ਼ੀਅਨ ਲੈਂਗੁਏਜ ਦਾ। ਤਾਂ ਇੱਥੇ ਤੁਸੀਂ ਕੀ ਹੈ, ਪਰਸ਼ੀਅਨ ਲੈਂਗੁਏਜ ਲਿਖ ਲਿਓ ਕਿ ਇਹ ਪਰਸ਼ੀਅਨ ਭਾਸ਼ਾ ਦੇ ਵਰਡ ਨੇ। ਦੁਆਬ ਤੋਂ ਇਲਾਵਾ ਹੋਰ ਕਿਹੜਾ ਵਰਡ ਹੈ ਗਾਇਸ? ਇੱਕ ਵਰਡ ਹੈ ਮੌਨਸੂਨ, ਸ਼ਬਦ ਹੈ ਮੌਨਸੂਨ।
ए भी केड़ी भाषा तो लिया गया है? ए लिया गया है अरबिक लैंग्वेज, अरबिक भाषा तो। यह अरबी भाषा का शब्द है केड़ा? मानसून। तो यह मानसून अरबी भाषा के केड़े शब्द तो लिया गया है? मौसम। मौसम ते मौसम का मतलब होंगे है सीजन्स, इंग्लिश की बोलेंगे अपन सीजन। है टिपिकली, ए टिपिकली क्वेश्चन नहीं। एग्जामिनर टेडा को क्वेश्चन का की पूछता है कि मानसून शब्द है अरबी भाषा का, ते अरबी भाषा के शब्द मानसून का मतलब की होंगे है सीजन्स। वैसे अपन मानसून तो वही समझते हैं ना कि भी मानसून दिया मीह पैणगे जुलाई अगस्त के टाइम दलों ने, जून के शुरुआत हो जाती है। साउथ वैसट इंडिया के मानसून की एंट्री होंगी है। जो मानसून एंटर होंगे है तो फुल फ्लैज होंगे है दोनों एरियाज के। दोनों एरियाज केड़े-केड़े हो गए? इधरों भी हो रहे हैं तो इधरों भी हो रहे हैं, वाइड रेंज है। इधर की है अरेबिक और सी है, उधर की है बे ऑफ बंगाल। कि थोनों पता जो तो साउथ वेस्ट मॉनसून अपने इंडिया च एंटर होंगे है सिर्फ दो जगह पर मीह नहीं पैदे, सारे भारत च मीह पै रहे होंगे ने। एक तमिलनाडु हो गया तो दूजे नंबर पर केड़ा हो गया? थार डेजर्ट हो गया, क्योंकि इन्हों के मूहरे की है पर्बत खड़े ने, वो पर्बतों के मीह पै जाता तो पिछला पासा खाली रह जाता है। इसको बोलते हैं लीवर्ड एरिया, इतने मीह नहीं पैदे, लीवर्ड एरिया जोग्राफिकली टर्म है। तो पता लग गया मानसून। वैसे सीजन का मतलब की होंगे है रुत्त। चार तरह के सीजन होंगे ने अपने इंडिया के, केड़े केड़े सीजन होंगे ने अपने? वेरी फर्स्ट हो गया अपना, केड़ा वेरी फर्स्ट केड़ा हो गया? स्प्रिंग। दूजे नंबर पे की है समर। तीजे नंबर पे ऑटम। चौथे नंबर पे विंटर। वैसे सीजन का मतलब तो होंगे है रुत्त मतलब, पर इतने गौर फरमाइयो कि मानसून का मतलब की है सीजन। केड़ी भाषा से? अरबी भाषा। इस तो इलावा होर केड़े वर्ड्स ने? मिसल। देखो गाइस मिसल का मतलब की होंगे, तुसी मिसल बारे की जानते? देखो अपने पंजाब च कितनी मिसल होंगे सी? 12 मिसल होंगे सी, ठीक है ये पता सबनों। मिसल का मीनिंग की है? मिसल का मतलब की होंगे है इक्वेलिटी, बराबर। स्लैंग क्वेश्चन ने कि मिसल का मीनिंग की है, तो मिसल जेड़ा है शब्द एक केड़ी भाषा तो लिया गया है? ए भी अरेबिक लैंग्वेज तो। ये मिसल शब्द भी की है अरबी भाषा तो लिया गया है। ते मिसल का मीनिंग की होंगे है अरबी भाषा के, इसका मीनिंग है इक्वल, जिसका मतलब की होंगे है बराबर। गाइस बराबर मीनिंग होंगे है। इस तो बाद जो शब्द है वो है मसंद। मसंद भी केड़ा शब्द है? अरेबिक लैंग्वेज का शब्द है। ऐसे ध्यान दियो, ऐसे आप पेयर बना दिए, एक नंबर आ गया पंजाब, दूजे ते आ गया दोआब। ये दोनों केड़े भाषा के ने? ये पर्शियन भाषा के ने। हुण तीन अक्षर आएंगे एम तो, मिसल, मानसून प्लस मसंद। ये तिने भाषा की है? अरबिक भाषा से आए ने वर्ड्स। ए पेयर बना दो बस, एग्जामिनर नु पूछ जाएंगे, पूछी जाए नहीं पूछ सकते हैं। तो यह जे क्वेश्चन जो आते हैं भीड़ साइड पर हो जाती है बहुत सारी। तो भी आप सिर्फ की जानते होंगे कि भी पंजाबी जोड़ा शब्द है परशियन लैंग्वेज। गुड आफ्टरनून सुमन, आवाज क्लीयर आ रही है? प्लीज फटाफट दस दो मैं, ये इंटीमेशन दे दो। तो इतने में की है कुछ जोड़े अपने आप वर्ड यूज करते रहने रैंडमली, वो पता नहीं लगते कि भाषा तो ले गए। तो इतने मैंने सिर्फ जस्ट फाइव वर्ड्स लिखवाए ने, ए तो वर्ड्स है बहुत सारे ने, पर इतने अपने जो काम के ने वो यही ने। पता लग गया पंजाब, पन प्लस जाब, पांच पानिया की धरती, दरियावी धरती, ठीक है। उस तो बाद दुआब। दुआब किन्ने तरह के ने अपने पंजाब च पाए जाते हैं? पांच तरह के दुआब पाए जाते हैं, ठीक है। दो प्लस आ परशियन लैंग्वेज के वर्ड्स ने, राइट। ये क्लियर हो गए परशियन लैंग्वेज। उस तो बाद आ गया मानसून, मिसल, मसंद। देखो जी मानसून शब्द की है अरबी भाषा का शब्द है मौसम। मौसम का मतलब होंगे है सीजन, वो तो लिया गया है।
उस तो बाद मिसल शब्द जिदा मतलब की हुंदा है इक्वल बराबर, मतलब की सारे मिसल दे विच की है, चाहे वह हैड हुंदा सी मिसलां दा। मिसल हुंदा की एक्चुअल दे विच इह ना एक ग्रुप सीगा 2000 4000 5000, ठीक है, रैंडमली ग्रुप सी, उहदा की होगा सरदार होगा, ਉਹ ਸਰਦਾਰ ਤੇ ਉਹ ਸਰਦਾਰ ਦੇ ਨੀਚੇ ਜਿਹੜੇ ਬੰਦੇ ਹੁੰਦੇ ਸੀ ਉਹ ਸਾਰੇ ਬਰਾਬਰ ਸੀ। ਠੀਕ ਹੈ, ਮਿਸਲ ਮੀਨ ਇਕੁਅਲ। ਤੇ ਮਸੰਦ ਵੀ ਅਰਬੀ ਭਾਸ਼ਾ ਦਾ ਸ਼ਬਦ ਹੈ। ਵੈਸੇ ਮਸੰਦ ਸਿਸਟਮ ਸ਼ੁਰੂ ਕਿਹਨਾਂ ਨੇ ਕੀਤਾ ਸੀ ਤੇ ਖਤਮ ਕਿਹਨਾਂ ਨੇ ਕੀਤਾ? ਨਾਇਬ ਤਹਿਸੀਲਦਾਰ ਦੇ ਇਗਜ਼ਾਮ 'ਚ ਆਇਆ ਸੀ ਕਿ ਮਸੰਦ ਪਤਾ ਐਬੋਲਿਸ਼ਡ ਬਾਈ ਵਿੱਚ ਗੁਰੂ, ਚੌਥੇ ਗੁਰੂ ਨੇ ਸ਼ੁਰੂ ਕੀਤਾ, ਦਸਵੇਂ ਗੁਰੂ ਨੇ ਖਤਮ ਕੀਤਾ। ਰੱਟਾ ਮਾਰੋ, ਚੌਥੇ ਗੁਰੂ ਨੇ ਸ਼ੁਰੂ ਕੀਤਾ, ਦਸਵੇਂ ਗੁਰੂ ਨੇ ਉਹਨੂੰ ਖਤਮ ਕੀਤਾ ਸੀ। ਮਿਸਲਦਾਰ ਹੁੰਦਾ ਸੀ ਤੇ ਮਿਸਲ ਦਾ ਸੋਰੀ ਮਸੰਦ ਦਾ ਮਤਲਬ ਕੀ ਹੁੰਦਾ? ਇੱਥੇ ਮਸੰਦ ਦਾ ਜੋ ਮਤਲਬ ਹੈ ਸੀਟ ਆਫ ਓਨਰ, ਸੀਟ ਆਫ ਓਨਰ। ਦੇਖੋ ਜੀ, ਗੁਰੂ ਪਤਾ ਕੀ ਹੁੰਦੇ ਸੀਗੇ ਕਿ ਗੁਰੂ ਦਾ ਜੋ ਪ੍ਰਚਾਰ ਸੀ, ਗੁਰੂ ਦੀ ਸਿੱਖਿਆ ਸੀ, ਗੁਰੂ ਦੀ ਭਾਸ਼ਾ ਸੀ, ਗੁਰੂ ਦੇ ਕਰਮ ਸੀ, ਜਿਹੜੇ ਕੰਮ ਕਰਨੇ ਸੀਗੇ ਉਹਨਾਂ ਨੂੰ ਕੀ ਹੈ ਸੰਦੇਸ਼ਾ ਲੈ ਕੇ ਭੇਜਦੇ ਸੀ, ਮਤਲਬ ਕਿ ਇਹ ਸਪਰੈਡ ਕਰਦੇ ਸੀ, ਗੁਰੂ ਦੀ ਸਿੱਖਿਆ ਨੂੰ ਸਪਰੈਡ ਕਰਦੇ ਸੀ ਮਸੰਦ ਦਾ। ਤੇ ਹੁਣ ਗੁਰੂ ਜਿਸ ਬੰਦੇ ਨੂੰ ਮਸੰਦ ਚੁਣੂਗਾ ਉਹ ਸੀਟ ਤਾਂ ਓਨਰ ਦੀ ਹਨ, ਤਾਂ ਹੀ ਤਾਂ ਸੀਟ ਆਫ ਓਨਰ ਬੋਲਦੇ ਆ, ਮਤਲਬ ਕਿ ਇੱਕ ਆਦਰ ਵਾਲੀ ਸੀਟ ਜਿਸ ਨੂੰ ਕੰਮ ਸੌਂਪਿਆ ਹੈ, ਜ਼ਿੰਮੇਵਾਰੀ ਵਾਲਾ ਤੇ ਚੱਜ ਦੇ ਬੰਦੇ ਨੂੰ ਸੌਂਪਿਆ ਜਾਂਦਾ ਸੀ, ਤਾਂ ਹੀ ਮਸੰਦ ਦਾ ਮਤਲਬ ਕੀ ਹੈ ਸੀਟ ਆਫ ਓਨਰ। ਸਾਰਿਆਂ ਦਾ ਮੀਨਿੰਗ ਪਤਾ ਲੱਗ ਗਿਆ ਤੇ ਇਸ ਤੋਂ ਬਾਅਦ ਮੈਂ ਸ਼ੁਰੂ ਕਰੂੰਗਾ ਦੁਆਬ ਲੱਗੇ ਹਾਂ, ਦੁਆਬ ਖਤਮ ਕਰਦੀ ਇੱਥੇ, ਫਿਰ ਮੈਂ ਪੰਜਾਬ ਤੋਂ ਅੱਗੇ ਲੈ ਕੇ ਚੱਲੂੰਗਾ ਕਿ ਵੀ ਹਾਂ ਇਸਦਾ ਕੀ ਕ੍ਰਾਈਟੀਰੀਆ ਹੈ ਜੋਗ੍ਰਾਫਿਕਲੀ ਪੁਆਇੰਟ ਆਫ ਵਿਊ ਨਾਲ। ਇਸਦੇ ਤੁਸੀਂ ਕੀ ਆ ਕੋਡ ਰਿਪੋਰਟ ਬਣਾ ਦੋਗੇ। ਦੇਖੋ ਜੀ, ਅੱਜ ਦੇ ਟਾਈਮ 'ਚ ਨਾ ਸਮਾਰਟ ਸਟੱਡੀ ਕਰਨ ਦਾ ਬਹੁਤ ਜ਼ਿਆਦਾ ਮਤਲਬ ਫਾਇਦਾ ਹੈ। ਸਮਾਰਟ ਸਟੱਡੀ ਜਿਵੇਂ ਕਿ ਤੁਹਾਨੂੰ ਮੈਨੇ ਇੱਥੇ ਕਿਹਾ ਹੈ ਪੰਜਾਬ ਪਲੱਸ ਦੁਆਬ, ਕਿਹੜੀ ਭਾਸ਼ਾ ਦਾ ਸ਼ਬਦ ਹੈ? ਪਰਸ਼ੀਅਨ ਭਾਸ਼ਾ ਦਾ। ਇਹਦਾ ਕੋਡ ਬਣਾ ਦੋਗੇ PDP ਤੇ ਇੱਥੇ MMM। ਐਨੀਹਾਉ ਬਸ ਆਪਾਂ ਨੇ ਉੱਥੇ ਕੀ ਜਾਂਦੇ ਸਰ ਕੀ ਹੈ ਕੋਡਿੰਗ ਡੀਕੋਡਿੰਗ, ਮੈਂ ਤੁਹਾਨੂੰ ਕੀ ਆ ਅੱਗੇ ਜਾ ਕੇ ਦੱਸੂਗਾ ਕਿ ਰਾਗ ਕਿਹੜੇ ਕਿਹੜੇ ਗੁਰੂ ਨੇ ਕਿੰਨੇ ਕਿੰਨੇ ਕੋਡਿੰਗ ਡੀਕੋਡਿੰਗ 'ਚ, ਤੇ ਕੋਡਿੰਗ ਡੀਕੋਡਿੰਗ ਉਤਾਰ ਦੀ ਪੇਪਰ 'ਚ ਕਿ ਪੁੱਛ ਵੀ ਲਓ। ਡਨ, ਇਹ ਹੈ। ਤੇ ਇਸ ਤੋਂ ਬਾਅਦ ਮੈਂ ਕਰਵਾ ਰਿਹਾ ਤੁਹਾਨੂੰ ਦੁਆਬ, ਤਾਂ ਦੁਆਬ ਤੁਹਾਨੂੰ ਪਤਾ ਹੈ ਕਿਹੜੀ ਭਾਸ਼ਾ ਦਾ ਸ਼ਬਦ ਹੈ? ਕਿਹੜੀ ਭਾਸ਼ਾ ਸ਼ਬਦ ਹੈ? ਪਰਸ਼ੀਅਨ ਭਾਸ਼ਾ ਦਾ। ਪਰਸ਼ੀਅਨ ਵਰਡ ਹੈ ਜਿਸਦਾ ਮਤਲਬ ਕੀ ਹੁੰਦਾ ਹੈ? ਦੋ ਪਲੱਸ ਆਬ, ਠੀਕ ਹੈ, ਦੋ ਪਲੱਸ ਆਬ। ਤੇ ਪੰਜਾਬ ਇਹ ਦੁਆਬ ਕਿੰਨੇ ਤਰ੍ਹਾਂ ਦੇ ਨੇ, ਟਾਈਪਸ ਕਿੰਨੀ ਇਹਨਾਂ ਦੀ, ਟਾਈਪ ਕਿੰਨੀ ਹੈ? 5। ਤਾਂ ਸ਼ੁਰੂ ਕਰਾਂਗੇ, ਦੋ ਚੀਜ਼ਾਂ ਤੁਸੀਂ ਇਸਦੇ ਵਿੱਚ ਸਿੱਖੋਗੇ। ਦੋ ਚੀਜ਼ਾਂ ਸ਼ੁਰੂ ਕਰੋਗੇ, ਵੈਰੀ ਫਸਟ ਕੀ ਹੈ ਇੱਥੇ ਮੈਂ ਲਿਖ ਰਿਹਾ ਬਿਸ਼ਟ ਦੁਆਬ, ਬਿਸ਼ਟ ਦੁਆਬ, ਬਿਸ਼ਟ ਦੁਆਬ। ਜੋ ਮਤਲਬ ਦੁਆਬ ਦਾ ਮਤਲਬ ਕੀ ਹੁੰਦਾ ਹੈ? ਜ਼ਮੀਨ, ਜ਼ਮੀਨ ਦੋ ਦਰਿਆਵਾਂ ਦੇ ਵਿਚਕਾਰ ਵਾਲੀ ਦੁਆਬ ਵੈਰੀ ਫਸਟ ਹੈ। ਤਾਂ ਇਹ ਬਿਟਵੀਨ ਕਿਸਦੇ ਹੈ? ਬਿਆਸ ਐਂਡ ਸਤਲੁਜ, ਬਿਆਸ ਤੇ ਸਤਲੁਜ ਦੇ ਵਿਚਕਾਰ ਵਾਲੀ ਜ਼ਮੀਨ ਕਿਹੜੀ ਕਹਿਲਾਉਂਦੀ ਹੈ? ਬਿਸ਼ਟ ਦੁਆਬ। ਤੇ ਦਿਸ ਇਜ਼ ਆਲਸੋ ਕਾਲਡ ਜੁਲੰਧਰ ਦੁਆਬ, ਆਲਸੋ ਕਾਲਡ ਜੁਲੰਧਰ ਦੁਆਬ। ਇਸ ਨੂੰ ਜੁਲੰਧਰ ਦੁਆਬ ਵੀ ਬੋਲਦੇ ਹਾਂ। ਤਾਂ ਜੁਲੰਧਰ, ਜਲੰਧਰ ਦਾ ਪੁਰਾਣਾ ਨਾਮ ਕੀ ਸੀ? ਜੁਲੰਧਰ ਸੀ। ਜਲੰਧਰ ਦਾ ਪੁਰਾਣਾ ਨਾਮ ਕੀ ਸੀ? ਜੁਲੰਧਰ ਸੀ। ਐਂਸ਼ੀਅੰਟ ਟਾਈਮ ਦੇ ਵਿੱਚ ਵੀ ਜੁਲੰਧਰ ਸੀ। ਜਿਵੇਂ ਕਿ ਆਪਾਂ ਕਹਿੰਦੇ ਹਾਂ ਕਿ ਦਿੱਲੀ ਦਾ ਪੁਰਾਣਾ ਨਾਮ ਕੀ ਸੀ? ਦਿੱਲੀ ਦਾ ਪੁਰਾਣਾ ਨਾਮ 11ਵੀਂ 12ਵੀਂ ਸੈਂਚਰੀ 'ਚ ਕੀ ਸੀ? ਦਿੱਲੀਕਾ, ਸੋਰੀ 8ਵੀਂ ਸੈਂਚਰੀ 'ਚ। ਦਿੱਲੀਕਾ ਤੋਂ ਪਹਿਲਾਂ ਕੀ ਸੀ? ਇੰਦਰਪ੍ਰਸਥ। ਤਾਂ ਇਹ ਪੁਰਾਣੇ ਨਾਮ ਤਾਂ ਪਤਾ ਕਦੇ ਵੀ ਪੁੱਛ ਲੈਣਗੇ ਰੈਂਡਮਲੀ। ਤਾਂ ਇਹ ਜਲੰਧਰ, ਜਲੰਧਰ ਦੁਆਬ ਬੋਲਦੇ ਹਾਂ ਮੇਨਲੀ ਉਸ ਏਰੀਆ ਨੂੰ ਆਪਾਂ ਕਾਊਂਟ ਕਰਦੇ, ਮਿਡਲ ਏਰੀਆ ਮੰਨਦੇ ਹਾਂ ਉਸਨੂੰ ਆਪਾਂ ਇਸਦੇ। ਤੇ ਸੈਕਿੰਡ ਨੰਬਰ ਤੇ ਆ ਗਿਆ ਆਪਣਾ ਬਰੀ ਦੁਆਬ। ਬਰੀ ਦੁਆਬ ਬਿਟਵੀਨ ਹੈ ਬਿਆਸ ਤੇ ਰਾਵੀ ਦੇ। ਇਹ ਐਂਡ ਦੇ ਵਿੱਚ ਕੀ ਹੈ, ਮੈਂ ਇਸਨੂੰ ਐਕਸਪਲੇਨ ਕਰੂੰਗਾ ਸਿੰਪਲ ਵੇ ਦੇ ਵਿੱਚ ਕੀ ਹੈ ਜਦੋਂ ਆਪਾਂ ਨਦੀਆਂ ਨੂੰ ਬਣਾਵਾਂਗੇ। ਤੇ ਤੀਜੇ ਨੰਬਰ ਤੇ ਹੈ
देखो जी, बरी दुआब नूं इक होर नाम नाल जानदे आ, माझा रीजन। माझा रीजन। ते थर्ड नंबर ते आ गया रचना दुआब। रचना दुआब इज बिटवीन रावी ते चिनाब। रावी चिनाब तां इह रचना दुआब पता कित्थे है? इह पाकिस्तान दा जो सूबा है, की नाम है उसका? पंजाब सूबा, जिन्हों की पंजाब प्रांत बोलते हैं, उत्थे वो वाला एरिया है रचना दुआब। मतलब इसकी जिहड़ी शुरुआत होंगी है अपने मौजूदा पंजाब की होंगी है, क्योंकि ये रावी की है पठानकोट साइडों, सॉरी हिमाचल प्रदेश चो निकल के हुशियारपुर के वो निकलते निकलते उधरले वाले एरिया चो बारों बार चली जाती है। तो दूजे पासों की यह जम्मू के चिनाब निकल के आ रही होंगी है। मतलब ये मिलदियां तो कितने ने, ये पाकिस्तान च मिलदियां ने जाके। अज एक होर चीज मैं तुम्हें करवाऊंगा इस दे नाल। इस तो बाद आ गया चौथे नंबर ते जच। दुआब किस दे बिटवीन है? यह है चिनाब ते जेलम दे। दुआब चिनाब दे जेलम दे ते इंदा एंड जिन्हों बोलते ने सिंध सागर दुआब, ये बिटवीन है किस दे? ये है जेलम ते सिंध, जिसनों की है इंडस बोलते हैं आप इंग्लिश दे विच। तो फटाफट अमनदीप, सुमन ते अदर फटाफट लिखो ते मैं इनू शॉर्ट वर्जन दसूंगा कि मैं करना सी। देखो जी, एक चीज मैच कर रही है, बी ते बरी हुंदा तां इह ब्यास, मतलब कि ब्यास लाइन लिखती थले, बरी मतलब कि ब्यास नीचे है, ऊपर की है रावी। उस तो बाद अगेन सॉरी उपबिष्ट सी ये, हुण आ गई बरी। ये बरी किस दे विच की है? आई एम रियली सॉरी, ठीक है मैं दोबारा दस रहा हूं। पहले नंबर पे आ गया बिस्ट। ये बिस्ट दे थले की है? थले है सतलुज, ऊपर है ब्यास। उस तो बाद की आ गया थे? बरी आ गया। ते बरी दे ऊपर की है? ब्यास इत्थे है, ते एदे ऊपर की है रावी है। उतारो पहला, फिर दोबारा अगले शॉर्ट च मैं थोड़ा करवा। आप कहने ना कि भाई भारत दियां उत्तर दियां नदियां नू की है नीचे तो ऊपर लगाओ, जा ऊपर तो नीचे लगाओ। तो एज ए लैवल की है, बड़े पेपर च क्वेश्चन आते हैं, तो आए भी हुए ने, मैं देखे हुए ने, ताई ने उसके आइडिया की इतने करवा रहे हैं। तो ये सारा कुछ लिख लो फटाफट, तुम्हें मैं दसदा फिर किस तरीके ने अपने करना है। मैं इतने अरेंज कर रहे हाँ नीचे तो उपर नदियां लगा रहे। देखो जी, सब नालों पहला की है, मैं इतने लिखूंगा सतलुज। सतलुज तो बाद लिखूंगा मैं ब्यास। ब्यास तो बाद की लिखूंगा मैं रावी। रावी तो बाद की लिखूंगा मैं चनाब, जिन्हों अश्कनी बोलते सी। चनाब तो बाद की होगा जेलम। जेलम तो बाद की है इंडस, जिन्हों की आप सिंध बोलते हैं। नदियां नीचे तो उपर वाल नू ने है, ठीक है नीचे तो उपर नू। जे एदे नीचे भी लगावांगे आप, सॉरी सरस्वती, आप इनू मानते हैं सरस्वती आज के टाइम दे विच ना। देखो जी, जेडे अपने जोग्राफिकल ने, हिस्टोरियंस ने, जां फिर अज दे टाइम दे लोकां दा मनना है पवित्रता दे तौर दे उपर, एक घग्गर जो है ना, ये कहिंदे सरस्वती ही है। ये पेपर च क्वेश्चन आ चुके है, ते मन्निया गया है कि भी आंसर की सरस्वती आया सी। तां नीचों शुरू कर रहे हैं घग्गर। घग्गर की है? वैसे सीजनल स्ट्रीम है ये, जदों पहाड़ां च मीह पैंदे ने तां चंडीगढ़ दे थ्रू की है इसका पानी की है। पटियाले का जो एरिया है घनौर साइड तो निकलते हुए अंबाले होंगे हुए, यह बारों बार निकलता है पानी इसका। तो
नीचे शुरू करिए घग्गर, जिसनों की आप सीतल स्टीम मानते हैं, तो यही ही आस्था के तौर के उपर सरस्वती मनी गई है। तो हूँ अपने की है, पहले नंबर पर किया बिष्ट दुआब। बिष्ट दुआब किदे विचकार है? जिहड़ी मैं ये लाइन मार रहे हैं, ये जमीन का टुकड़ा है, किदे विचकार है ये? ये किहड़ा है? बिष्ट। उपरों चलते हैं, हूँ मैंने लाइन मारती, ये किहड़ी आ गया? ये जिहड़ा एरिया आ गया, बरी आ गया, राइट। हूँ ईजी हो गया होगा। हूँ जिहड़ा ये रावी ते चनाब दे विचकार एरिया है, वह किहड़ा आ गया? रचना। देखो जी, इस नदियां के अकॉर्डिंग ही बने ने। आ देखो, ब्यास बिष्ट, ब्यास बरी, रावी रचना, जिहड़े ये लैंड है, ये दो नदियां के विचकार लैंड आ रहे। नदियां एक बार उपर लाती नीचे तो उपर तक। उस तो बाद चेनाब ते जेलम के विचकार जिहड़ा है वह किहड़ा है? जच। ते उस तो उपर किला ते अपने सिंध सागर दुआब। ता यह की है? नीचे तो उपर है। यह जोग्राफी के दो क्वेश्चन बन गए, एक तो दुआबा ने पॉइंट ऑफ व्यू, दूजे ते अरेंज करो नदियां नू नीचे तो उपर तक। ये सारे अपने दुआब तो रैंडमली पूछा जाए कि दुआब किन्ने तरह के ने, आ चुकया है रिसेंटली तो पांच दुआब, पांच तरह के दुआब ने। कहते हाँ जी, एग्जामिनर ने सानू पूछ लिया कि भाई रचना दुआब is founded between किदे विचकार है? रचना दो आप केड़ी नदी दे विचकार है? ता चेनाब ते रावी दे विचकार। जे थोनू नहीं पता लग रहा तो एक बार की है साइड ते नीचे तो उपर लै जाओ नदियां नू, क्लैरिफाई हो जाऊगी। पीपीएससी ने ये पेपर च क्वेश्चन पता की पाया होया? एक पासे दुआब पाए हुए ने, एक पासे की है ओ नदियां दे बारे लिखिया होया है। कहिंदे मैच कर दो इन्हां चो केड़ा जोड़ा गलत है। पीपीएससी ने सोच रख के पाया हुआ क्वेश्चन, तो वह स्टेटमेंटल क्वेश्चन है, कभी उलझ जाता कभी है की है, ऐ नहीं पता लगता। तो इतने क्लैरिफिकेशन इस दी सारी आ गई। डन। तो आह जस्ट अ बिगनिंग ऑफ पंजाब ते दुआब, इट इज अ डन। तो अमन ते सुमन डन हो गया होगा, इतने क्लैरिफिकेशन मिल गई होगी। तो इस तो बाद मैं शुरू कर रहा हाँ पंजाब वर्ड्स की गल। जिहड़ा पंजाब शब्द है फर्स्ट टाइम फाउंड इन, जिहड़ा ये शब्द पंजाब है पहली बार कि पता है शब्द पंजाब पहली बार केड़ी किताब च मिलिया? तो पटवारी का एग्जाम होके हटिया, वह क्वेश्चन भी नाली दे मैं निबेड़ूंगा। जिहड़ा पंजाब शब्द है ये वेरी फर्स्ट टाइम, देखो जी पंजाब शब्द पंजाब नू, सॉरी पंजाब नू सप्त सिंध बोलते सी कदों? वैदिक एज। वैदिक एज की है सप्त सिंध बोलते सीगे, मतलब कि द लैंड ऑफ सैवन रिवर्स। ये फ्लो किधर नू कर दिया होंदिया सीगियां? ये फ्लो किधर नू कर दिया होंदिया सीगियां? वैस्ट वल नू, वैस्ट वाल नू फ्लो कर रही है। ते महाभारत दे विच इस नू की लिखिया हुआ है? पंच नंद। तो इत्थे लिख लोगे तुसी वैदिक एज किस चुकिया है क्वेश्चन पेपर च आ तो किस गया। ते उस तो बाद की है महाभारत दे विच, महाभारत लड़ी कितने गई सी? कुरुक्षेत्र च लड़ी गई सी। किन्ने दिन लड़ी गई सी? 18 दिन लड़ी गई सी। ते ए महाभारत दे विच लिखिया गया है पंच नंद। पंच नंद द लैंड ऑफ फाइव रिवर्स। ग्रीक्स ने इसनू की किया है? ग्रीक्स कॉल्ड पेंटो पोटामिया। पेंटो पोटामिया किया है कि इन्होंने? ग्रीक्स ने किया है इसमें, ठीक है जी। पेंटो
पोटामिया के आया है। वैसे वैदिक एज दे विच ना इस नू ब्रह्म वर्त भी बोलते सी, ब्रह्म वर्त भी बोलते होंगे सी। किसे विच इत्थे तुसीं लिख सकते हो अदर नेम ब्रह्मवर्त। यस, वैदिक एज ब्रह्मवर्त बोलते होंगे सी, पंजाब का पुराना नाम सी वैदिक एज। इंदा पंजाब नू टक प्रदेश किसने किया है? कि थोनू पता पंजाब नू टक प्रदेश भी बोलते सी। दो पेपरां दे क्वेश्चन मैं डिस्कस करूंगा, एक तो एक्साइज का पेपर होके आ गया उसके, तो दूजा एक होर पेपर होया सीगा उसके पेपर का क्वेश्चन की सी कि टक प्रदेश पंजाब का नाम टक होया करता सी एक किसने दिता सी? सर अलेक्जेंडर कनिंगम। हु वाज दैट पर्सन? देखो जी एएसआई सी एक आर्कियोलॉजी सर्वे ऑफ इंडिया। आर्कियोलॉजी सर्वे ऑफ इंडिया कदों बनाया सी? 1861 च। किसने बनाया सी इसनू? लॉर्ड कैनिंग दे टाइम च। लॉर्ड कैनिंग दे टाइम दे विच एक विभाग खुलिया। इस विभाग का मतलब हुंदा सी भारत दीआं पुरातन चीजां नू खोज करना है, खुदाई करनी है। ओ डिपार्टमेंट की जिहड़ी जिम्मेवारी दित्ती सी किसनू दित्ती सी? इनू दित्ती सी। तां फादर ऑफ एएसआई किनू बोलदे आ? इनू बोलदे आ आर्कियोलॉजी सर्वे ऑफ इंडिया। इस टाइम भी मौजूद है, इस टाइम भी इहदी बहुत वड्डी रिस्पोंसिबिलिटी है। अज भी खुदाइयां हुंदियां ने, कुछ सिक्के मिलदे ने, इन्हां नू बुलांदे ने पहला तां कि पता करो जी किहड़े टाइम दे ने, इक मूर्ति किहदे टाइम दी है। तां सर अलेक्जेंडर कनिंगम ने एक किताब लिखी सी अर्ली जोग्राफी ऑफ इंडिया। उस किताब दे विच की है? तो किताब नू मैं एक बार की थोनू मैं वेरीफाई करके दस देना। Yes, guys. Ancient Geography of India. Sorry. Ancient एक किताब किसकी है? इसकी। इस किताब दे विच इस बंदे ने पंजाब का नाम की दिता सी? टक प्रदेश। हुण एक्साइज का पेपर होके हटिया, कहिंदे पंजाब नूं टक प्रदेश बोलदे सी क्यों? वाई कि इत्थे टक नाम दे की आ दरख्त उगदे सी, इत्थे टक नाम दी कोई नदी वहिंदी सी, इत्थे टक नाम दे भांड्यां च रोटी खांदे सी, जां फिर इत्थे टक नाम दा कबीला सी। कबीला सी तां इन्हें नाम दित्ता सी कि भी टक नाम दा कबीला रहिंदा सी। इह पता किवें लग्गिया? इत्थे इस किताब च लिखिया होया। डेप्थ मैनर है आ पता थोनू सब सिंधु ब्रह्मवर्त पंचनंद पेंटोपोटामिया। चलो जी टक बारे भी सुनिया होया, टक बारों पता कि लग्या? वह पता लग्या यही बंदा जिसने की है, जिसनू की है पितामा बोलते हैं आप, किसका? भारत दीआं पुरातन चीजां नू खुदाई करन दीआं इन्हें शुरुआत की थी। 1861 च डिपार्टमेंट बनिया सी, तो उस समय वॉयसराय कौन सी? लॉर्ड कैनिंग सी। ता इस दी किताब च लिखिया गया सीगा इस दे बारे वेरवा ता एही है। अगे जाके की आ मुस्लिम्स आणगे, गाइस मुस्लिम्स आणगे। पहला ता मैं थोनू गल दसूंगा कि भारत दे विच केड़ा विदेशी सी जिहड़ा कि पहले नंबर ते आया सी। मैं थोनू पुछना चाहूंगा कि दसूंगा हु वाज द फर्स्ट फॉरनर टू केम इंडिया। पहला विदेशी कौन सी जिहड़ा कि भारत दे विच आया सी? पहला वेरी फर्स्ट टाइम तो टाइम है 516 CE। ऑप्शन देना साइरस वन, डायरस वन, केड़ा सी? साइरस वन सी जे डायरस वन सी?
यस वेरी फर्स्ट सीगा साइरस पहला। ये टाइम किन्ने निकलना ने 516 ईवी। थोनू पता लग गया कंसेप्ट के भी सीई एक यही चल रहा है आज के टाइम से, कुछ चीज यही चल रहे हैं। क्लियर है? बीसीई किन बोलते हैं? बिफोर कॉमन ईरा, जिन्हों की है पहला टाइम जो कि कहते होंगे थे अपना ईसवी पूर्वक। हूँ इसनों सीई बोलते हैं, इन्हों बोलते होंगे थे पहला एडी, ए खत्म हो गया। तो इतने पहला आया से साइरस वन। साइरस वन चलो आके चला गया, ये पंजाब च एंटर भी नहीं होया, पंजाब के सरहदी एरियाज के ही रहे हैं। इन्होंने इतने की बंद की अपनी आर्मी च भर्ती किया। इन्हों का पंगा कि इन्हों का पंगा सीगा ग्रीक्स वाले नाल। इन्हों की जिहड़ी लड़ाई सी परशियन ते ग्रीक्स की लड़ाई पहली बार की है, हैरोडोटस ने लिखी सी अपनी किताब च हिस्टोरिया। वह तो पता लग गया कि भी हिस्टरी की शुरुआत हुई सी, इन्हों की जंग चली है बहुत दहाके दहाके नहीं कहूँगा बहुत सेंचुरी चली है। तो इस तो बाद कौन है? देखो ये तो बारों बार आया बारों बार चलाया गया, इस टाइम के पंजाब तो आया नहीं सीगा, सरहदी एरियाज के डेरा इस्माइल खान डेरा गाजी खान तो दूर दुरांडे दे रही है पख्तून वाला। इस तो बाद की है अलैगजेंडर आया सी। तां मैं तुहानूं इत्थे पुछ रही हाँ सिंपली गाइस कि अलैगजेंडर अपने इंडिया दे विच केड़े एरियाज दे विचों एंटर होया सी? खैबर पास। कि अलैगजेंडर तो पहला होर कौन आए सी अपने इंडिया च? आर्यनज आए सी। वो आर्यनज भी कित्थों एंटर होए सी? वह भी खैबर पास तो। इत्थे आपां की है सिस्टम बना दिंदे हाँ कुछ नवी चीज का। तो इत्थे आर्यन लिख दिंदे हाँ, इत्थे की है अलैगजेंडर लिख दिंदे हाँ। तो यह कित्थों आए सी? खैबर पास तो। यह पास पूस वाले पूछ लैंदे ने क्वेश्चन। इस तो बाद अगेन खैबर पास। हुण इस खैबर पास तो बाद गजनी है ना एक मुहम्मद गजनी, ये भी कितों आया सी? ये भी खैबर पास तो। खैबर पास तो इस तो बाद की आया सी? गोरी आया सी। गोरी पता कितों आया सी? गोलन पास तो। ये कुछ खास है, ये पेपर च आया हुआ क्वेश्चन, मैं तो तुम लगवा रहे हैं। सॉरी बोलन है, बी ओ एल, बोलन पास। ते इस तो बाद आएगा बाबर। बाबर कितों आऊगा? यह भी खैबर पास तो आऊगा। आज के टाइम च कोई टैररिस्ट ग्रुप की है अपने कश्मीर विच आगे कोई भी एक्टिविटीज करता है, वह पता कितों आता? इतों ही आता। यह एक ओ एरिया है डेंजरस जिसके सरवाइव करना ते निकलना मतलब कि कई तरह ना क्रॉस ही नहीं कर पाते, एडा डेंजरस है, हिली एरिया से। पास की होंगे गाइस? पास की होंगे है, एक और चीज देख लो, पास की होंगे है? पास दिखा रहे हैं आ जो एरिया है ना इज कॉल्ड पास, शिपकीला पास, ये पास है। आ एरिया नूं पास बोलते हैं, सुनते तो आने आप शिपकीला पास हो गया, बारह लच्छा पास हो गया। यह पास की होंगे ने? एक पहाड़ी दूजी पहाड़ी के विचकार वाला जो डेंजरस एरिया है, यह भी खेबर पास है, इतने बर्फीले एरिया से। चलो जी फॉरनर्स आए अपने इंडिया च, ठीक है, ग्रीक्स भी आए किसी टाइम, ठीक है ना, उस तो बाद मुस्लिम्स भी आए, कट्टड़ मुस्लिम्स भी आए। इन्होंने इतने आके अपने पंजाब का जो नाम है उसको चेंज चूंज किया है, पंजाब के नाम तो जाने इन्होंने उरे आके पहला तो, फिर उन्होंने की अपनी किताबों लिखनगे। तो पहला बंदा कौन है जिसने की है पंजाब वर्ड्स नूं की अपनी किताब दे विच जगह दी सी? क्वेश्चन मार्क पाया ना, इहदा ही आंसर लिख रहे हैं। आईबीएन बटूटा। तो आईबीएन बटूटा आया कि टाइम से सी? फैक्ट बेस गल्लां तां इही हुंदियां ने, मुहम्मद बिन तुगलिक दे टाइम च। यस मुहम्मद बिन तुगलिक टाइम च, तो मुहम्मद बिन तुगलिक के टाइम दे विच रहा यह। तो आया कितों से? यह मोरक्को तो। यह मोरक्को मोरक्को का एडवेंचर से ट्रैवलर से, तो दिल्ली दे विच रहा है काजी बन के, इतने के मुस्लिम से नाल ही। मुहम्मद
ਬਿਨ ਤੁਗਲਕ ਦੇ ਟਾਈਮ ਦੇ ਵਿੱਚ ਕੀ ਨਾ ਬਹੁਤ ਸਾਰੇ ਮੰਗੋਲੀਆਂ ਨੇ ਕੀ ਹੈ ਬਸਤੀ ਵਸਾ ਲਈ ਸੀ ਦਿੱਲੀ 'ਚ। ਉਹ ਦਿੱਲੀ 'ਚ ਹੀ ਰਹਿੰਦੇ ਸੀ ਲੁੱਕੇ, ਤੇ ਉਹਨਾਂ ਦੇ ਨਾਲ ਸ਼ੁਰੂਆਤ 'ਚ ਇਹਨੇ ਰਹਿਣਾ ਸ਼ੁਰੂ ਕੀਤਾ। ਬਾਅਦ ਵਿੱਚ ਕੀ ਜਦੋਂ ਰਾਜੇ ਨੂੰ ਪਤਾ ਲੱਗਿਆ ਕਿ ਵੀ ਮੋਰੋਕੋ ਤੋਂ ਕੋਈ ਆਇਆ, ਇਸਨੂੰ ਕੀ ਇਨਵਾਈਟ ਕੀਤਾ ਤੇ ਇਸਨੂੰ ਕੀ ਆ ਮਤਲਬ ਆਨਰ ਕੀਤਾ ਸੀ, ਤੇ ਇਹਨੇ ਲਗਭਗ ਕੀ 8 ਸਾਲ ਕੀ ਇਹ ਦਿੱਲੀ ਦੇ ਵਿੱਚ ਰਿਹਾ ਸੀ। 1334 ਦੀਆਂ ਗੱਲਾਂ ਨੇ, ਇਹ 8 ਸਾਲ ਰਿਹਾ ਤੇ ਇਹਨੇ ਕਾਵੀ ਦਾ ਰੋਲ ਅਦਾ ਕੀਤਾ ਤੇ ਇਹਨੇ ਕੀ ਲਿਖਿਆ ਸੀ ਰਹੀਲਾ। ਜਿਹਨੂੰ ਕੀ ਹੈ ਸਫ਼ਰਨਾਮਾ ਵੀ ਬੋਲਦੇ ਆ। ਇੱਕ ਇਗਜ਼ਾਮ ਚ ਕੁਸ਼ਚਨ ਆਇਆ ਸੀਗਾ ਕਿ ਵੀ ਆਈਬਨ ਬਟੂਟਾ ਨੇ ਰਹੀਲਾ ਸਫ਼ਰਨਾਮਾ ਕਿਹੜੀ ਭਾਸ਼ਾ ਚ ਲਿਖਿਆ ਸੀ, ਤੁਸੀਂ ਦੱਸ ਸਕਦੇ ਹੋ? ਅਰਬੀ ਹੋ ਗਿਆ, ਪਰਸ਼ੀਅਨ ਹੋ ਗਿਆ, ਹਿੰਦੀ ਹੋ ਗਿਆ, ਸੰਸਕ੍ਰਿਤ ਹੋ ਗਿਆ। ਇਸਨੇ ਕੀ ਅਰਬੀ ਭਾਸ਼ਾ ਚ ਲਿਖਿਆ ਸੀ। ਤੇ ਪੰਜਾਬ ਸ਼ਬਦ ਪਹਿਲੀ ਵਾਰ ਕਿਸ ਗ੍ਰੰਥ ਚੋਂ ਮਿਲਦਾ ਹੈ ਉਸਦਾ ਵੇਰਵਾ ਆ ਸੀ ਆਈਬਨ ਬਟੂਟਾ ਦੀ ਕਿਤਾਬ 1334 ਲਿਖ ਸਕਦੇ ਹੋ। ਟਾਈਮ ਕਿੰਨਾ ਹੈ ਲਗਭਗ ਕਿਹਦੇ ਟਾਈਮ ਚ? ਮੁਹੰਮਦ ਬਿਨ ਤੁਗਲਕ ਦੇ ਟਾਈਮ ਚ ਵੀ ਐਡ ਕਰ ਦੋ। ਫੈਕਟ ਬੇਸਡ ਕੋਈ ਕਹਾਣੀ ਨਹੀਂ ਲਿਖ ਰਹੇ ਇੱਥੇ ਆਪਾਂ, ਫੈਕਟ ਬੇਸਡ ਡਾਟਾ ਲਿਖ ਰਹੇ। ਚਲੋ ਜੀ, ਲਿਖਤਾ ਇਹਨੇ ਪੰਜਾਬ ਦੇ ਬਾਰੇ, ਠੀਕ ਹੈ। ਹੁਣ ਇਸ ਤੋਂ ਬਾਅਦ ਕੌਣ ਬੰਦਾ ਹੈ ਜਿਸਨੇ ਕੀ ਹੈ ਪੰਜਾਬ ਨੂੰ ਜਗ੍ਹਾ ਦਿੱਤੀ ਸੀ ਆਪਣੀ ਬੁੱਕ ਚ? ਤਾਂ ਗਾਇਸ, ਸ਼ੇਰ ਸ਼ਾਹ ਸੂਰੀ, ਜਿਸਨੂੰ ਕੀ ਬੋਲਦੇ ਸੀ ਫਰੀਦ। ਸੂਰੀ ਡਾਇਨੈਸਟੀ ਆਈ ਸੀ 1540 ਤੋਂ ਲੈ ਕੇ 1555 ਤੱਕ, 15 ਸਾਲ ਜਦੋਂ ਕੀ ਹੈ ਹਮਾਯੂ ਕੀ ਹੈ ਗੈਰ ਹਾਜ਼ਰ ਰਿਹਾ ਸੀ, ਭੱਜ ਗਿਆ ਸੀ। ਤਾਂ ਸ਼ੇਰ ਸ਼ਾਹ ਸੂਰੀ ਨੇ ਕੀ ਲਿਖੀ ਸੀਗੀ? ਤਾਰੀਖ ਏ ਸ਼ੇਰ ਸ਼ਾਹੀ। ਤਾਰੀਖ ਏ ਸ਼ੇਰ ਸ਼ਾਹੀ ਦੂਜੀ ਕਿਤਾਬ ਸੀ। ਇਸ ਕਿਤਾਬ ਦੇ ਵਿੱਚ ਕੀ ਹੈ ਸ਼ਬਦ ਮਿਲਿਆ ਸੀ ਕਿਹੜਾ? ਪੰਜਾਬ। ਤੇ ਇਹ ਲਿਖੀ ਕਿਸਨੇ ਸੀ ਗਾਇਸ? ਹੂ ਰੋਟ ਇਟ ਡਿਊਰਿੰਗ ਦ ਟੈਨਿਓਰ ਆਫ ਸ਼ੇਰ ਸ਼ਾਹ ਸੂਰੀ? ਇਹਦਾ ਬਚਪਨ ਦਾ ਨਾਮ ਸੀ ਫਰੀਦ। ਇਹ ਲਿਖੀ ਸੀ ਅਬਾਸ ਖਾਨ ਸਰਵਾਨੀ ਨੇ। ਇਹ ਕੀ ਸੀਗਾ? ਪੋਟ, ਹਿਸਟੋਰੀਅਨ ਸੀ, ਪੋਇਟ ਸੀ, ਸੋ ਔਨ। ਤੇ ਤੀਜਾ ਬੰਦਾ, ਆਈ ਮੀਨ ਟੂ ਸੇ ਥਰਡ ਟਾਈਮ ਇਹ ਵਰਡ ਕੀ ਆ ਐਕਸਪਲੇਨ ਕੀਤਾ ਗਿਆ ਸੀਗਾ ਕਿਸਨੇ? ਅਬੁਲ ਫਜ਼ਲ ਨੇ। ਅਬੁਲ ਫਜ਼ਲ ਨੇ ਇਸ ਨੂੰ ਵਿੱਚ ਕੀ ਲਿਖਿਆ ਹੈ? ਆਈਨੇ ਅਕਬਰੀ ਚ। ਦੇਖੋ ਜੀ, ਅਕਬਰ ਨਾਮਾ ਦੀ ਜੋ ਤੀਜੀ ਕਿਤਾਬ ਹੈ, ਥਰਡ ਪਾਰਟ ਹੈ, ਉਹ ਹੈ ਆਈਨ ਏ ਅਕਬਰੀ। ਇਸ ਆਈਨ ਏ ਅਕਬਰੀ ਨੂੰ ਲਿਖਿਆ ਕਿਸਨੇ ਸੀ? ਅਬੁਲ ਫਜ਼ਲ ਨੇ ਗਾਇਸ। ਤੇ ਜਿਹੜਾ ਰੀਸੈਂਟਲੀ ਪਟਵਾਰੀ ਦਾ ਪੇਪਰ ਹੋ ਕੇ ਹਟਿਆ, ਉਹਦੇ ਚ ਕੁਸ਼ਚਨ ਆਇਆ ਸੀ। ਕੀ ਕੁਸ਼ਚਨ ਆਇਆ ਸੀਗਾ? ਕਹਿੰਦੇ ਵਿਚ ਅਮੰਗ ਦੀ ਫੋਲੋਇੰਗ ਵਰਕਸ ਮੈਂਸ਼ਨਸ ਦੈਟ ਦਾ ਟੈਰੀਟਰੀ ਆਫ ਪੰਜਾਬ ਵਾਸ ਡਿਵਾਈਡਡ ਇੰਟੂ ਟੂ ਪ੍ਰੋਵਿੰਸਿਸ, ਲਾਹੌਰ ਐਂਡ ਮੁਲਤਾਨ। ਉਹਦਾ ਆਂਸਰ ਕੀ ਆਉਣਾ ਸੀ? ਆਈਨ ਏ ਅਕਬਰੀ। ਮਤਲਬ ਇਸ ਆਈਨ ਏ ਅਕਬਰੀ ਚ ਪੰਜਾਬ ਸ਼ਬਦ ਬਾਰੇ ਲਿਖਿਆ ਗਿਆ ਸੀ ਤੇ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ। ਪੰਜਾਬ ਦੇ ਦੋ ਪ੍ਰਾਂਤ ਹੋਏ ਕਰਦੇ ਸੀਗੇ, ਕਿਹੜੇ ਕਿਹੜੇ? ਲਾਹੌਰ ਤੇ ਮੁਲਤਾਨ। ਇਹ ਕੁਸ਼ਚਨ ਮਤਲਬ ਦੋ ਪ੍ਰੋਵਿੰਸ ਹੁੰਦੇ ਸੀਗੇ, ਲਾਹੌਰ ਤੇ ਮੁਲਤਾਨ। ਮਤਲਬ ਕਿ ਇਹ ਬਹੁਤ ਪੁਰਾਣੇ ਪ੍ਰੋਵਿੰਸ ਨੇ। ਜਿਵੇਂ ਕਿ ਆਪਾਂ ਕਹਿ ਦਈਏ ਪੰਜਾਬ ਦਾ ਸਭ ਨਾਲੋਂ ਪੁਰਾਣਾ ਡਿਸਟ੍ਰਿਕਟ ਕਿਹੜਾ ਹੈ? ਵੈਸੇ ਕਿਹੜਾ ਹੈ ਅਕੋਰਡਿੰਗ ਟੂ ਯੂ? ਪੰਜਾਬ ਦਾ ਓਲਡੈਸਟ ਡਿਸਟ੍ਰਿਕਟ ਕਿਹੜਾ ਹੈ? ਸੁਮਨ, ਅਮਨ। ਆਏ ਹੋਏ ਕੁਸ਼ਚਨਾਂ ਦੀ ਗੱਲਾਂ ਮੈਂ ਜ਼ਿਆਦਾ ਕਰੂੰਗਾ। ਪੰਜਾਬ ਦਾ ਸਭ ਨਾਲੋਂ ਪੁਰਾਣਾ ਡਿਸਟ੍ਰਿਕਟ ਪ੍ਰੈਜੈਂਟਲੀ ਉਹ ਹੁਣ ਵੀ ਹੈ। ਫਿਰੋਜ਼ ਸ਼ਾਹ ਤੁਗਲਕ ਸੁਣਿਆ? ਫਿਰੋਜ਼ਪੁਰ ਉਹਦੇ ਨਾਮ ਤੇ ਬਣਿਆ ਸੀ, ਫਿਰੋਜ਼ ਸ਼ਾਹ ਤੁਗਲਕ। ਫਿਰੋਜ਼ਪੁਰ ਪੰਜਾਬ ਦਾ ਓਲਡੈਸਟ ਡਿਸਟ੍ਰਿਕਟ ਹੈ। ਮਤਲਬ ਕੀ ਫਿਰ ਜੇ ਇਹ ਏਰੀਆਸ ਦੀ ਗੱਲ ਕਰੀਏ, ਲਾਹੌਰ, ਤੁਹਾਨੂੰ ਪਤਾ ਲਾਹੌਰ ਦਾ ਨਾਮ, ਲਾਹੌਰ ਕਿਸ ਦੇ ਨਾਮ ਤੇ ਪਿਆ ਹੈ? ਭਗਵਾਨ ਰਾਮ ਦੇ ਬੇਟੇ ਲਵ
काशी कुश के नाम से, तो उन्होंने दो एरिया वंडते सी दोनों मुंडियां, लाहौर ते काशी जिन्हों बनारस बोलते हैं। यह है बैकग्राउंड। आईने अकबरी च की लिखा गया सीगा कि पंजाब बारे मेंशन किया गया सी, ते पंजाब के दो फेमस प्रोविंस होंगे सी, रिच प्रोविंस होंगे सी, लाहौर ते मुल्तान। इस लिखा गया ते इस किताब दे विच थोनू पता ही है पंजाब का नाम की लिखा गया सी, पंच नंद। पंच नंद पंच नंद मेंशन किया गया सी, पंच नंद शब्द दिता गया सी पंजाब नू गाइस। आई ने अकबरी च ते इस तो बाद तुझे के जहांगीर, एवरीबडी नोज तुझे के जहांगीर किसकी है, जहांगीर दी। गाइस दो मुगल ने, दो सिर्फ मुगल ने जिन्होंने अपनी ऑटो बायोग्राफी स्वय जीवनी लिखी है, एक है बाबर एक है जहांगीर। बाबर ने लिखी सी पर्शियन लैंग्वेज, जहांगीर ने लिखी सी, सॉरी बाबर ने लिखी सी टर्किश लैंग्वेज, जहांगीर ने लिखी सी पर्शियन लैंग्वेज, क्योंकि मुगलों की ऑफिशियल लैंग्वेज कही होंगी सी पर्शियन होंगी सी। पर बाबर ने की है टर्किश लैंग्वेज लिखी सी, उसनों ट्रांसलेट किया सी अब्दुल रहीम खाने खाना अकबर दे टाइम च। लेडी बैबरिज ने उसनों की है इंग्लिश च ट्रांसलेट किया सी। तो तुझ के जहांगीरी दे विच की है पंजाब दे बारे की है लिखा होया पाया गया है, तो आ पिछोकड़ है जिना जो की है एग्जाम से क्वेश्चन होंगे, आ तो मैं तुम दस चुके ठीक है जी सारा कुछ है। चलो जी एक होर चीज मैं तुम्हें दसन जा रही हूँ, ठीक है। इस तो पहला मे भी तुसी ना कीती होवे, तो एक डिजाइन बना रहे हैं गाइस। मैं इतने लिख रहा हाँ इंडस, इंडस नदी आ रही है जम्मू कश्मीर से एंटर होगी तो पाकिस्तान से जा रही है, अगे जा रही है कितने पहुंच गई, कराची पहुंच गई, तो हूँ अरब अरेबियन सी च पहुंच जम्मू कश्मीर दे विचो ही ओरिजिन होया है किसका, जेलम का। कहते श्रीनगर केड़ी नदी के उपर स्थित है, जिम्मे आपको कहने लुधियाना केड़ी नदी के उपर है, सतलुज के उपर। इसी तरह श्रीनगर किसके उपर है, जेलम के उपर। जेलम निकलती है वैरी नाग ग्लेशियर दे विचों। चलो जी जेलम निकली जम्मू कश्मीर दे विच ही निकल के उधरों ही बारो बार पहुंच के किधर इतने खड़ी है रुकनी है। ते हुण की है चेनाब जम्मू कश्मीर चो ही निकली, चेनाब बारालाचा पास के नेड़े निकलती है ग्लेशियर से तांडा दे विचों। चलो जी हुण देखी चलियो जेलम ते चेनाब ये कित्थे पहुंच गई हैं, दोनों पाकिस्तान दे विच पहुंच गए, ते पाकिस्तान दे किस एरिए दे विच जाके ये मीट करनगियां, ओनू बोलते ने त्रिमु झंड एरिया। झंड
ਇੱਥੇ ਪਹੁੰਚ ਗਈਆਂ। ਤੇ ਦੇਖੋ ਜੀ ਆ ਆਪਣੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕੀ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਕੀ ਹੈਗਾ ਇਸ ਗਲੇਸ਼ੀਅਰਸ ਨੇ ਨੋਟ ਰਿਮੈਂਬਰ ਰਾਈਟ ਨਾਓ ਕੀ ਨਿਕਲ ਕੇ ਆ ਗਈ ਹੈ, ਰਾਵੀ। ਰਾਵੀ ਕੀ ਹੈ, ਆ ਰਹੀ ਹੈ ਪੰਜਾਬ ਦੇ ਉੱਪਰਲੇ ਡਿਸਟ੍ਰਿਕਟਾਂ ਚੋਂ ਕ੍ਰੋਸ ਕਰਕੇ, ਲਗਭਗ 3 ਡਿਸਟ੍ਰਿਕਟਾਂ ਚੋਂ ਕ੍ਰੋਸ ਕਰਕੇ ਕਿਹਨੂੰ ਮਿਲ ਰਹੀ ਹੈ, ਦੋਨਾਂ ਦੇ ਗੱਠਜੋੜ ਨੂੰ। ਤੇ ਦੋਨੋਂ ਮਿਲਦੀਆਂ ਨੇ ਕਿੱਥੇ, ਉੱਚ ਸ਼ਰੀਫ ਪਾਕਿਸਤਾਨ ਚ। ਤਾਂ ਇਹ ਏਰੀਆ ਕਿਹੜਾ ਹੈ, ਪਾਕਿਸਤਾਨ ਦੇ ਵਿੱਚ ਕੀ ਹੈ, ਰਾਵੀ ਮਿਲ ਗਈ ਕਿਹਨਾਂ ਨੂੰ, ਦੋਨਾਂ ਨੂੰ। ਇੱਥੇ ਮੈਂ ਮਾੜਾ ਜਿਹਾ ਕੀ ਹੈ ਡਾਰਕ ਕਰ ਦਿੰਦਾ, ਤਿੰਨ ਹੋ ਗਈਆਂ। ਇਹ ਤਿੰਨੇ ਕੀ ਹੈ ਅੱਗੇ ਜਾ ਰਹੀਆਂ ਨੇ, ਤੇ ਹੁਣ ਕੀ ਨਿਕਲ ਕੇ ਆ ਰਹੀ ਹੈ ਜੀ, ਰਾਵੀ ਤੋਂ ਥੱਲੇ ਕੀ ਹੈ, ਬਿਆਸ। ਚਲੋ ਜੀ ਬਿਆਸ ਆ ਰਹੀ ਹੈ, ਤੇ ਇੱਥੋਂ ਕੀ ਆ ਗਈ, ਤਿੱਬਤ ਦੇ ਵਿੱਚੋਂ ਕੀ ਨਿਕਲ ਕੇ ਆ ਰਹੀ ਹੈ, ਸਤਲੁਜ। ਤੇ ਸਤਲੁਜ ਕੀ ਹੈ, ਇੰਡੀਆ ਚ ਐਂਟਰ ਕਰੂਗੀ ਛਿਪਕੀ ਲਾ ਪਾਸ, ਛਿਪਕੀ ਲਾ ਪਾਸ ਦੇ ਵਿੱਚੋਂ। ਆ ਕਿੱਥੇ ਪਹੁੰਚ ਗਏ ਆਪਾਂ, ਇਹ ਪਹੁੰਚ ਗਏ ਆਪਾਂ ਤਰਨ ਤਾਰਨ। ਤਰਨ ਤਾਰਨ ਦੇ ਵਿੱਚ ਪਹੁੰਚ ਗਏ ਆਪਾਂ, ਬਿਆਸ ਤੇ ਸਤਲੁਜ ਮੀਟ ਕਰ ਗਏ ਇੱਥੇ ਤਰਨ ਤਾਰਨ ਚ, ਦੋਨੋਂ ਅੱਗੇ ਜਾ ਰਹੀਆਂ ਨੇ। ਇੱਕ ਚੀਜ਼ ਹੈ ਨਾ, ਮੈਂ ਮਿਸਟੇਕ ਨਹੀਂ ਲਿਖਿਆ, ਚਲੋ ਪਹਿਲਾਂ ਦੇਖ ਲਓ ਫਿਰ ਤੁਸੀਂ ਨਾ ਇਕੱਠਾ ਲਿਖ ਲਿਓ। ਆ ਉੱਚ ਸ਼ਰੀਫ ਵਾਲਾ ਏਰੀਆ ਇਹ ਨਹੀਂ ਹੈ, ਉੱਚ ਸ਼ਰੀਫ ਵਾਲਾ ਏਰੀਆ ਅਗਲਾ ਹੋਊਗਾ। ਤਾਂ ਇਹ ਕੀ ਹੈ, ਰੰਗਪੁਰ ਪਾਕਿਸਤਾਨ ਦੇ ਵਿੱਚ ਹੈ। ਪਰ ਹੁਣ ਇਹ ਤਿੰਨ ਨਦੀਆਂ ਉੱਪਰੋਂ ਆ ਰਹੀਆਂ ਨੇ, ਤੇ ਆਹ ਦੋਵੇਂ ਪੰਜਾਬ ਦੇ ਵਿੱਚ ਜੁੜ ਕੇ ਹਰੀ ਕੇ ਪੱਤਨ ਕਹਿ ਦਿੰਦੇ ਆਪਾਂ ਤਰਨ ਤਾਰਨ ਚੋਂ, ਕਿਹਦੇ ਨਾਲ ਜੁੜ ਗਈਆਂ ਇਹ ਤਿੰਨ ਨਦੀਆਂ ਉੱਪਰ ਨੇ, ਦੋ ਇਹ ਨੇ, ਦੋਨਾਂ ਦਾ ਪਾਣੀ, ਤਿੰਨਾਂ ਦਾ ਪਾਣੀ। ਇਹ ਜਿੱਥੇ ਮੀਟ ਹੋਊਗੀ ਉਹਨੂੰ ਬੋਲਦੇ ਨੇ ਉੱਚ ਸ਼ਰੀਫ। ਪਾਕਿਸਤਾਨ ਦੇ ਵਿੱਚ ਚਲੋ ਜੀ ਤਿੰਨ ਨਦੀਆਂ ਇਹ ਹੋ ਗਈਆਂ, ਦੋ ਨਦੀਆਂ ਇਹ ਹੋ ਗਈਆਂ, ਇਹਨਾਂ ਦਾ ਪਾਣੀ ਕੀ ਹੈ ਹੁਣ ਇਕੱਠਾ ਹੋ ਗਿਆ, ਇਹਨਾਂ ਦਾ ਪਾਣੀ ਇਕੱਠਾ ਹੋ ਗਿਆ, ਇਹ ਅੱਗੇ ਨੂੰ ਵੱਧ ਰਿਹਾ। ਤੇ ਅੱਗੇ ਨੂੰ ਵੱਧ ਕੇ ਕਿਹਦੇ ਨਾਲ ਜੁੜ ਰਹੀ ਹੈ, ਇਹ ਇੰਡਸ ਨਾਲ। ਤੇ ਜਿੱਥੇ ਇਹ ਜੁੜਦੀਆਂ ਨੇ ਉਹਨੂੰ ਬੋਲਦੇ ਨੇ ਮਿਥਾਨਕੋਟ। ਤੇ ਨੈਬ ਤਹਿਸੀਲਦਾਰ ਦੇ ਪੇਪਰ ਦੇ ਕੁਸ਼ਚਨ ਦਾ ਆਂਸਰ ਜਿਹੜਾ ਰੀਸੈਂਟਲੀ ਆਇਆ, ਪੁੱਛਿਆ ਗਿਆ ਸੀਗਾ ਕਿ ਵੀ ਜੇਲਮ, ਚੇਨਾਬ, ਸਤਲੁਜ, ਰਾਵੀ, ਬਿਆਸ ਇੰਡਸ ਨਾਲ ਕਿੱਥੇ ਮਿਲਦੀਆਂ ਨੇ। ਐਨੋਨੀਮਸ ਕੁਸ਼ਚਨ ਹੈ, ਮਤਲਬ ਕਿ ਜਲਦੀ ਜਲਦੀ ਘਿਸਿਆ ਨਹੀਂ ਇਹ ਕੁਸ਼ਚਨ, ਇਹ ਕੁਸ਼ਚਨ ਘਿਸਿਆ ਨਹੀਂ ਹੋਇਆ। ਇਹ ਮਤਲਬ ਕਿ ਡਾਟਾ ਮਿਲਦਾ ਹੀ ਨਹੀਂ ਪਾਊਗਾ ਇੱਕਦਮ, ਤਾਂ ਜੋ ਡਾਟਾ ਮਿਲੂਗਾ ਇੱਥੇ ਦਾ। ਪਰ ਹਾਂ ਉਹਨਾਂ ਨੂੰ ਪੀਪੀਐਸਸੀ ਵਾਲੇ ਕੋਲ ਡਾਟਾ ਇਹੋ ਜਿਹਾ ਹੈ, ਤੇ ਉੱਤੋਂ ਸਾਰੇ ਕੀ ਨੇ, ਮਾਡਰਨ ਟਾਈਮ ਦੇ ਨੇ ਉਹ ਪਾਉਣ ਵਾਲੇ। ਤਾਂ ਇਹ ਮਿਥਾਨਕੋਟ ਦੇ ਵਿੱਚ ਕੀ ਆ, ਸਾਰੀਆਂ ਨਦੀਆਂ ਮਿਲ ਗਈਆਂ। ਤੇ ਆਹ ਏਰੀਆ ਕਿਹੜਾ ਹੈ, ਇਹ ਹੈ ਹਰੀ ਕੇ ਪਤਨ। ਤਰਨ ਤਾਰਨ ਇਹ ਕ੍ਰਾਈਟੀਰੀਆ ਬਣਾ ਲਓ, ਮਿਥਾਨਕੋਟ ਦੇ ਵਿੱਚ ਮੈਚਅਪ ਹੁੰਦਾ ਹੈ। ਬਾਕੀ ਹੋਰ ਮੈਚਅਪ ਜਿਹੜੇ ਹੈਗੇ ਨੇ, ਪੁੱਛਣ ਨੂੰ ਔਖਾ ਤਾਂ ਹੋ ਸਕਦਾ ਹੈ, ਕੀ ਪੁੱਛ ਸਕਦਾ ਹੈ ਕਿ ਜੇਲਮ ਤੇ ਚਨਾਬ ਕਿੱਥੇ ਮਿਲਦੀਆਂ ਨੇ, ਉਹਦਾ ਆਂਸਰ ਆ ਗਿਆ ਤ੍ਰਿਮੂ ਜੰਗ ਏਰੀਆ। ਹੁਣ ਪੁੱਛ ਲਿਆ ਕਿ ਵੀ ਜੇਲਮ, ਚਨਾਬ, ਰਾਵੀ ਇਹ ਕਿੱਥੇ ਮਿਲਦੀਆਂ ਨੇ, ਰੰਗਪੁਰ ਚ ਮਿਲ ਗਈਆਂ। ਹੁਣ ਅਗਲਾ ਕੁਸ਼ਚਨ ਆ ਗਿਆ ਕਿ ਵੀ ਚਲੋ ਇਹ ਤਾਂ ਪੰਜਾਬ ਦੇ ਕੁਸ਼ਚਨ ਹੈ, ਵੈਸੇ ਨਾ ਇੱਕ ਕੁਸ਼ਚਨ ਹੋਰ ਪੁੱਛਦੇ ਨੇ ਕਿ ਵੀ ਇਹਨਾਂ ਚੋਂ ਸਾਨੂੰ ਛੋਟੀ ਨਦੀ ਕਿਹੜੀ ਹੈ, ਜਿਹੜੀ ਇੰਡੀਆ ਚ ਓਰਿਜਨ ਹੁੰਦਾ ਹੈ ਤੇ ਇੰਡੀਆ ਚ ਹੀ ਰਹਿ ਜਾਂਦੀ ਹੈ, ਕਿਹੜੀ ਆ ਕਿ ਬਿਆਸ।
ਬਾਕੀ ਸਾਰੀਆਂ ਕਿੱਥੇ ਜਾ ਰਹੀਆਂ ਨੇ? ਪਾਕਿਸਤਾਨ ਵੱਲ ਨੂੰ ਜਾ ਰਹੀਆਂ ਨੇ, ਪਾਣੀ ਜਾ ਰਿਹਾ ਉੱਧਰ ਨੂੰ। 1960 ਦੇ ਵਿੱਚ ਕੀ ਹੋਇਆ ਸੀਗਾ? ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਇੰਡਸ ਵਾਟਰ ਟ੍ਰੀਟੀ ਹੋਈ ਸੀ, ਸਿੰਧ ਨਦੀ ਦੇ ਰਿਗਾਰਡਿੰਗ ਸਮਝੌਤਾ ਹੋਇਆ ਸੀ। ਤੇ ਸਮਝੌਤਾ ਪਤਾ ਕਿਹਨੇ ਕਰਵਾਇਆ ਸੀ? ਵਰਲਡ ਬੈਂਕ ਨੇ। ਉਸ ਵਰਲਡ ਬੈਂਕ ਨੇ ਸਮਝੌਤੇ ਦੇ ਵਿੱਚ ਹੋਇਆ ਸੀਗਾ ਕਿ 20% ਪਾਣੀ ਕੀ ਹੈ ਯੂਜ਼ ਕਰ ਸਕਦੀਆਂ ਨੇ, ਕਿਸਦਾ, ਕੌਣ, ਇੰਡੀਆ। ਪਰ ਇੰਡੀਆ ਕੀ ਹੈ, ਡੈਮ ਨਵੇਂ ਨਵੇਂ ਬਣਾ ਰਿਹਾ ਸੀ, ਪਾਣੀ ਜ਼ਿਆਦਾ ਯੂਜ਼ ਕਰ ਰਿਹਾ ਸੀ, ਜਿਸ ਕਰਕੇ ਕੀ ਹੈ ਪਾਕਿਸਤਾਨ ਨੇ ਕੰਪਲੇਂਟ ਕੀਤੀ ਸੀ ਕਿਸ ਨੂੰ, ਵਰਲਡ ਬੈਂਕ ਨੂੰ, ਕਿ ਵੀ ਇਹ ਆਪਣੀ 1960 ਦੀ ਟ੍ਰੀਟੀ ਇੰਡੀਆ ਤੋੜ ਰਿਹਾ ਹੈ। ਉਸ ਟਾਈਮ ਰੂਲਿੰਗ ਪਾਰਟੀ ਕੌਣ ਸੀ? ਬੀਜੇਪੀ। 2016 ਦੀਆਂ ਗੱਲਾਂ ਨੇ, 2016 ਦੀਆਂ ਕਿਤਾਬਾਂ ਦੇ ਵਿੱਚ ਕੀ ਹੈ, ਬਹੁਤ ਵੱਡੇ ਵੱਡੇ ਆਰਟੀਕਲ ਸੀ, ਡਿਸਪਿਊਟ ਸੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਅਗੇਨ ਪਾਣੀ ਨੂੰ ਲੈ ਕੇ। ਤਾਂ ਕਿਸ਼ਨ ਗੰਗਾ ਨਵਾਂ ਪ੍ਰੋਜੈਕਟ ਮੋਦੀ ਸਰਕਾਰ ਨੇ ਕੀ ਹੈ ਚਨਾਬ ਦੇ ਮੂਹਰੇ ਬਣਵਾਇਆ ਸੀ, ਤਾਂ ਉਦੋਂ ਇਹ ਡਿਸਪਿਊਟ ਉੱਠਿਆ ਸੀ 2016-17 ਦੀ ਗੱਲਾਂ। ਤਾਂ ਆਹ ਕ੍ਰਾਈਟੀਰੀਆ ਕੀ ਹੈ ਰਿਵਰਸ ਦਾ, ਜਿਹਦੇ ਬਾਰੇ ਕੀ ਆਪਾਂ ਪੰਜਾਬ ਕਰ ਰਹੇ ਹਾਂ, ਦ ਲੈਂਡ ਆਫ 5 ਰਿਵਰਸ। ਪਰ ਇੱਥੇ ਕੀ ਬਣ ਗਈਆਂ, ਦ ਲੈਂਡ ਆਫ 5 ਰਿਵਰ ਕਿਹੜਾ ਕਿਹੜਾ, ਇੰਡਸ, ਜੇਲਬ, ਚਨਾਬ, ਰਾਵੀ, ਬਿਆਸ, ਸਤਲੁਜ। ਇੱਕ ਜੇ 7 ਰਿਵਰਸ ਦੀ ਗੱਲ ਕਰਾਂਗੇ, ਕਿਹੜੀ ਰਹਿ ਗਈ, ਇੱਕ ਸਰਸਵਤੀ ਜੀ ਨੂੰ ਘੱਗਰ ਮੰਨਦੇ ਆ, ਜੋ ਕਿ ਇਸ ਟਾਈਮ ਸੀਜ਼ਨਲ ਸਟ੍ਰੀਮ ਹੈ, ਉਹ ਏਰੀਆ ਦੱਬ ਗਿਆ ਹੈ। ਤਾਂ ਉਹਦੀ ਉਹਦੀ ਜਿਹੜੀ ਸ਼ੇਪ ਤੇ ਨਦੀ ਹੈ, ਦੇਖੋ ਜੀ ਨਦੀ ਦੀ ਜਿਹੜੀ ਸ਼ੇਪ ਹੁੰਦੀ ਹੈ ਨਾ, ਇਹ ਵਾਲੀ ਪਹਾੜਾਂ ਚੋਂ ਨਿਕਲ ਕੇ ਆਈ ਜ਼ਮੀਨੀ ਭਾਗਾਂ ਤੇ ਅੱਜ ਸ਼ੇਪ ਬਣ ਜਾਂਦੀ ਹੈ, ਇਹਨੂੰ ਬੋਲਦੇ ਨੇ ਮਿੰਡਰ। ਮਤਲਬ ਘੱਗਰ ਦਾ ਜੋ ਮਿੰਡਰ ਹੈ ਨਾ, ਸ਼ੇਪ ਹੈ ਉਹੀ ਹੈ, ਸੋਰੀ ਸਰਸਵਤੀ ਦੀ ਸ਼ੇਪ ਉਹੀ ਹੈ, ਉਹੀ ਏਰੀਆ ਹੈ, ਉਹਦੇ ਉੱਪਰ ਦੀ ਘੱਗਰ ਵਹਿ ਰਹੀ ਹੈ। ਤਾਂ ਲੋਕਾਂ ਦਾ ਜੋ ਆਸਥਾ ਹੈ ਉਹ ਘੱਗਰ ਨੂੰ ਹੀ ਕੀ ਹੈ, ਸਰਸਵਤੀ ਮੰਨਦੇ ਨੇ। ਦੇਖੋ 3 ਨਦੀਆਂ ਆਪਣੀ ਇੰਡੀਆ ਚ ਕੀ ਹੈ, ਬਹੁਤ ਪਵਿੱਤਰ ਮੰਨੀਆਂ ਗਈਆਂ ਨੇ, ਕਿਉਂਕਿ ਇਹ ਕੀ ਹੈ ਸਾਰਾ ਸਾਲ ਵਹਿੰਦੀਆਂ ਹੁੰਦੀਆਂ ਸੀ, ਤੇ ਇਹ ਨਿਕਲਦੀਆਂ ਹੁੰਦੀਆਂ ਸੀ ਕਿੱਥੋਂ, ਗਲੇਸ਼ੀਅਰਸ ਤੋਂ। ਕਿਹੜੀ ਕਿਹੜੀ, ਗੰਗਾ ਹੋਗੀ, ਯਮੁਨਾ ਹੋਗੀ, ਸਰਸਵਤੀ। ਹੁਣ ਆਪਣੇ ਜਿਹੜੇ ਨੌਰਥ ਵੈਸਟ ਦੀਆਂ ਸਟੇਟਾਂ ਦੇ ਲੋਕ ਨੇ, ਜੇ ਕਿਸੇ ਦੀ ਡੈਥ ਹੋ ਜਾਂਦੀ ਹੁੰਦੀ ਹੈ ਤਾਂ ਉੱਥੇ ਕਿੱਥੇ ਜਾਂਦੇ ਹੁੰਦੇ ਨੇ, ਉੱਧਰ ਚਲੋ ਫੁੱਲ ਵਹਾ ਹੈ ਕਿੱਥੇ, ਹਰਿਦੁਆਰ। ਉਸ ਤੋਂ ਬਾਅਦ ਇੱਕ ਹੋਰ ਜਗ੍ਹਾ ਹੈ, ਉਹ ਹਰਿਆਣੇ ਚ ਭੇਵੇ। ਭੇਵੇ ਜਿਹੜੀ ਨਦੀ ਹੈ ਨਾ, ਉਹ ਸਰਸਵਤੀ ਮੰਨੀ ਜਾਂਦੀ ਹੈ, ਤਾਂ ਹੀ ਉੱਥੇ ਨੇੜੇ ਕੀ ਹੈ ਕਰਵਾਉਂਦੇ ਹੁੰਦੇ ਨੇ, ਕੀ ਬਣਵਾਉਂਦੇ ਹੁੰਦੇ ਨੇ, ਠੀਕ ਹੈ, ਸਮਝ ਰਹੇ ਹੋ ਮੇਰੀ ਗੱਲ। ਤਾਂ ਉਹ ਭੇਵੇ ਜੋ ਨਦੀ ਹੈ ਉਹ ਕਿਹੜੀ ਹੈ, ਉਹ ਘੱਗਰੀ ਸਰਸਵਤੀ ਹੈ। ਉਹਦਾ ਪਾਉਣ ਪਾਣੀ ਬਹੁਤ ਡਾਊਨ ਚਲਾ ਗਿਆ, ਉਹਦੀ ਕਨੈਕਟੀਵਿਟੀ ਕਿਸਦੇ ਨਾਲ ਹੈ, ਘੱਗਰ ਦੇ ਨਾਲ। ਤਾਂ ਇਹ ਆਸਥਾਵਾਂ ਨੇ, ਤੇ ਇਹ ਸਿਸਟਮ ਹੈ ਰਿਵਰਸ ਦਾ ਜਿਹਦੇ ਬਾਰੇ ਆਪਾਂ ਕਰ ਰਹੇ ਹਾਂ। ਮਤਲਬ ਕਿ ਤੁਹਾਨੂੰ ਮੈਂ ਨਾਮ ਮੈਨਸ਼ਨ ਕਰਤਾ, ਤੇ ਉਹ ਰਿਵਰਸ ਹੁੰਦੀਆਂ ਕਿਹੜੀਆਂ ਕਿਹੜੀਆਂ ਸੀ। ਜੇ ਤੁਹਾਨੂੰ ਮੈਂ ਦੱਸਾਂ ਕਿ ਵੀ ਜੇਲਮ ਨੂੰ ਕੀ ਬੋਲਦੇ ਸੀ ਸੰਸਕ੍ਰਿਤ ਭਾਸ਼ਾ ਚ, ਨਾਲ ਲਿਖ ਸਕਦੇ ਹੋ ਇੱਥੇ, ਤਾਂ ਉਹਨੂੰ ਬੋਲਦੇ ਸੀ ਵਿਤਾਸਤਾ। ਸੰਸਕ੍ਰਿਤ ਭਾਸ਼ਾ ਚ ਜਾਂ ਵੈਦਿਕ ਏਜ ਜਾਂ ਐਨਸ਼ੀਅੰਟ ਸਮੇਂ ਦੇ ਵਿੱਚ ਚਿਨਾਬ ਨੂੰ ਕੀ ਬੋਲਦੇ ਸੀ, ਚਿਨਾਬ ਨੂੰ ਕੀ ਬੋਲਦੇ ਸੀ ਗਾਇਸ, ਅਸ਼ਕਨੀ। ਯੈਸ, ਅਸ਼ਕਨੀ। ਰਾਵੀ ਨੂੰ ਪਰਸ਼ਨੀ, ਬਿਆਸ ਨੂੰ ਵਿਪਾਸ, ਸਤਲੁਜ ਨੂੰ ਸਤੁਦਰੀ। ਠੀਕ ਹੈ ਜੀ, ਸਤੁਦਰੀ ਬੋਲਦੇ ਸੀ। ਨਾਲ ਤੁਸੀਂ ਕੁਛ ਲਿਖੋਗੇ, ਕੀ ਚੀਜ਼ ਲਿਖੋਗੇ, ਸਤਲੁਜ ਨੂੰ ਸਤੁਦਰੀ ਬੋਲਦੇ ਆ। ਹਾਂਜੀ, SARUSTI, ਸ੍ਰਿਸ਼ਟੀ। ਤੇ ਦ੍ਰਿਸ਼ਦਾਵਤੀ, ਇਹ ਹੈ ਸਰਸਵਤੀ, ਤੇ ਇਹ ਹੈ ਘੱਗਰ। ਇਹ ਹੈ ਘੱਗਰ। ਹਕਰਾ ਕਿਹਨੂੰ ਬੋਲਦੇ ਸੀ,
ਘੱਗਰ ਨੂੰ ਹੀ ਬੋਲਦੇ ਸੀ। ਹਕਰਾ ਨਦੀ ਹੁੰਦੀ ਸੀ ਨਾ, ਇੰਡਸ ਵੈਲੀ ਸਿਵਲਾਈਜੇਸ਼ਨ ਦੇ ਹਕਰਾ ਸਰਸਵਤੀ ਨਾਮ ਵੀ ਪਿਆ ਸੀ। ਉਹ ਹਕਰਾ ਨਦੀ ਘੱਗਰ ਦਾ ਹੀ ਪਾਰਟ ਸੀ। ਤੇ ਸ੍ਰਿਸ਼ਟੀ ਕਿਹਨੂੰ ਬੋਲਦੇ ਸੀ? ਸਰਸਵਤੀ ਨੂੰ। ਯਸ ਘੱਗਰ ਨੂੰ ਕੀ ਹੈ? ਦ੍ਰਿਸ਼ਟਾਵਤੀ ਬੋਲਦੇ ਸੀ। ਤੇ ਇੱਕ ਹੋਰ ਸੀ ਆਪਣੀ, ਯਸ ਸ੍ਰਿਸ਼ਟੀ ਬੋਲਦੇ ਸੀ ਸਰਸਵਤੀ ਨੂੰ। ਸਰਸਵਤੀ ਦਾ ਇੱਕ ਹੋਰ ਨਾਮ ਵੀ ਹੈ ਨੰਦੀ ਤਾਰਨਾ, ਸਮਥਿੰਗ ਲਾਈਕ ਦੈਟ, ਕੁਛ ਇਹੋ ਜਿਹਾ ਹੈਗਾ। ਉਹ ਕਲੈਰੀਫਿਕੇਸ਼ਨ ਕਰਕੇ ਦੱਸੂਗਾ, ਪਰ ਇਹ ਕੁਝ ਐਂਸ਼ੀਅੰਟ ਨੇਮ ਨੇ ਜਿਹੜੇ ਕਿ ਪਤਾ ਵੀ ਹੈ ਤੇ ਨਹੀਂ ਵੀ ਪਤਾ। ਸ੍ਰਿਸ਼ਟੀ ਬੋਲਦੇ ਸੀ ਸਰਸਵਤੀ ਨੂੰ, ਦ੍ਰਿਸ਼ਟਾਵਤੀ ਦ੍ਰਿਸ਼ਟਾਵਤੀ ਉਹ ਬੋਲਦੇ ਸੀ ਘੱਗਰ ਨੂੰ, ਹਕਰਾ ਵੀ ਘੱਗਰ ਨੂੰ ਬੋਲਦੇ ਸੀ। ਮਤਲਬ ਕਿ ਹਕਰਾ ਘੱਗਰ ਨੂੰ ਹੀ ਬੋਲਦੇ ਸੀ, ਦ੍ਰਿਸ਼ਟਾਵਤੀ ਵੀ ਘੱਗਰ ਨੂੰ ਬੋਲਦੇ ਸੀ। ਸੋ ਦੀਸ ਆਲ ਆਰ ਕੀ ਹੈ ਐਂਸ਼ੀਅੰਟ ਨੇਮ, ਤੇ ਇੱਥੇ ਜਸਟ ਆਪਾਂ ਨੇ ਕੀ ਹੈ ਬਿਗਨ ਕੀਤੀ ਹੈ ਕਿ ਪੰਜਾਬ ਦੇ ਬਾਰੇ। ਬਾਕੀ ਜੇ ਪੰਜਾਬ ਦੇ ਕੀ ਹੈ ਆਪਾਂ, ਆਹ ਪੰਜਾਬ ਦੀ ਸ਼ੇਪ ਕੀ ਹੈ ਵੈਸੇ ਗਾਇਸ? ਟ੍ਰਾਈਐਂਗਲ। ਟ੍ਰਾਈਐਂਗਲ ਦੇ ਵਿੱਚ ਕੀ ਹੈ? ਟੌਪ ਤੇ ਕੌਣ ਹੈ? ਪਠਾਨਕੋਟ। ਪਠਾਨਕੋਟ ਕੀ ਹੈ? ਟੌਪ ਤੇ ਹੈ। ਪਠਾਨਕੋਟ ਦੇ ਨਾਲ ਕਿੰਨੀਆਂ, ਇਹ ਜੋ ਪਠਾਨਕੋਟ ਇਸ ਟਾਈਮ ਡਿਸਟ੍ਰਿਕਟ ਹੈ, ਇਹ ਡਿਸਟ੍ਰਿਕਟ ਜੋ ਪਠਾਨਕੋਟ ਬਣਿਆ ਹੈ ਇਹ ਕਦੋਂ ਬਣਿਆ ਸੀ? ਇਹ 2011 ਚ ਬਣਿਆ ਸੀ, 27 ਜੁਲਾਈ 2011। ਪਹਿਲਾਂ ਜਸਟ ਤੁਸੀਂ ਇਹ ਦੇਖੋ ਕਿ ਵੀ ਇਸਦੀ ਜਿਹੜੀ ਸ਼ੇਪ ਹੈ ਉਹ ਸ਼ੇਪ ਕੀ ਹੈ? ਟ੍ਰਾਈਐਂਗਲ ਹੈ ਪੰਜਾਬ ਦੀ, ਤੇ ਪੰਜਾਬ ਦੀ ਟ੍ਰਾਈਐਂਗਲ ਦੇ ਵਿੱਚ ਕੀ ਹੈ? ਉੱਪਰ ਇਹ ਹੈ ਤੇ ਇਹਨੂੰ ਕੀ ਬੋਲਦੇ ਆ? ਈਸਟ ਵਾਲਾ ਏਰੀਆ। ਈਸਟ ਵਿੱਚ ਕੌਣ ਹੈ? ਪਟਿਆਲਾ। ਤੇ ਇੱਧਰ ਵੈਸਟ ਵਿੱਚ ਕੌਣ ਹੈ? ਮਾਨਸਾ। ਇੱਕ ਵਾਰ ਤਾਂ ਐਗਜ਼ਾਮਿਨਰ ਨੇ ਪੀਪੀਐਸਸੀ ਚ ਕੀ ਕਰਤਾ, ਕਹਿੰਦੇ ਪੰਜਾਬ ਨੂੰ ਕੀ ਹੈ, ਪੰਜਾਬ ਦੇ ਡਿਸਟ੍ਰਿਕਟਾਂ ਨੂੰ ਕੀ ਹੈ ਵੈਸਟ ਤੋਂ ਈਸਟ ਲਗਾਓ, ਆਇਆ ਹੋਇਆ ਹੈ। ਸੋਰੀ 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 ਰੀਲੀ ਸੋਰੀ, ਮਾਨਸਾ ਨਹੀਂ, ਇਹ ਹੈ ਫਾਜ਼ਲਿਕਾ। ਪਠਾਨਕੋਟ, ਫਾਜ਼ਲਿਕਾ ਤੇ ਪਟਿਆਲਾ ਉਧਰਲੇ ਪਾਸੇ ਹੈ, ਠੀਕ ਹੈ। ਸ਼ੇਪ ਹੈ ਨੌਰਥ ਵਿੱਚ ਕੀ ਹੈ? ਪਠਾਨਕੋਟ। ਹੁਣ ਪਠਾਨਕੋਟ ਇੱਧਰ ਵਾਲੀ ਸਾਈਡ ਤੋਂ ਕਿਹਦੇ ਨਾਲ ਟੱਚ ਕਰਦਾ ਹੈ? ਇੱਧਰ ਵਾਲੀ ਸਾਈਡ 'ਚ ਕਿਹਦੇ ਨਾਲ ਟੱਚ ਕਰਦਾ ਹੈ? ਹਿਮਾਚਲ ਪ੍ਰਦੇਸ਼ ਨਾਲ। ਇੱਧਰ ਵਾਲੀ ਸਾਈਡ ਤੋਂ ਕਿਹਦੇ ਨਾਲ ਟੱਚ ਕਰਦਾ ਹੈ? ਜੰਮੂ ਨਾਲ। ਤੇ ਇੱਧਰੋਂ ਕਿਹਦੇ ਨਾਲ ਟੱਚ ਕਰ ਰਿਹਾ ਹੈ? ਪੰਜਾਬ ਨਾਲ। ਮਤਲਬ ਕਿ ਇਹ ਏਰੀਆ ਚਾਰ ਸਟੇਟ, ਤਿੰਨ ਸਟੇਟਸ ਦੇ ਨਾਲ ਟੱਚ ਕਰ ਰਿਹਾ। ਅਲਟੀਮੇਟਲੀ ਜਿਹਦਾ ਡਿਸਟ੍ਰਿਕਟ ਹੈ ਉਹਦੇ ਨਾਲ ਤੇ ਬਾਕੀ ਅਦਰ ਦੇ ਨਾਲ। ਸ਼ੇਪਸ ਤੋਂ ਬਾਅਦ ਮੈਂ ਜੇ ਤੁਹਾਨੂੰ ਦੱਸਾਂ ਕੁਛ ਚੀਜ਼ ਇਸ ਦੇ ਰਿਗਾਰਡਿੰਗ, ਦੇਖੋ ਜੀ, ਪੰਜਾਬ ਭਾਸ਼ਾ ਦੇ ਆਧਾਰ ਤੇ ਕੀ ਹੈ 1 ਨਵੰਬਰ 1966। ਮੈਂ ਉਸ ਤੋਂ ਪਿੱਛੇ ਨਹੀਂ ਜਾਊਂਗਾ ਕਿਉਂਕਿ ਉਸ ਤੋਂ ਪਿੱਛੇ ਕੀ ਹੈ ਆਪਣਾ ਬੈਕਗ੍ਰਾਉਂਡ ਆ ਗਿਆ, ਪੋਲੀਟੀਸ਼ੀਅਨ ਪੋਲੀਟੀਕਲ ਬੈਕਗ੍ਰਾਉਂਡ ਆ ਗਿਆ। ਤਾਂ 1 ਨਵੰਬਰ 1966 ਨੂੰ ਪੰਜਾਬ ਦੇ ਵਿੱਚ ਕਿੰਨੇ ਡਿਸਟ੍ਰਿਕਟ ਸੀਗੇ? 11 ਡਿਸਟ੍ਰਿਕਟ। ਇਸ ਤੋਂ ਪਹਿਲਾਂ ਕਿੰਨੇ ਡਿਸਟ੍ਰਿਕਟ ਹੁੰਦੇ ਸੀ? 13। ਲਓ ਜੀ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਰਿਹਾ। ਪੰਜਾਬ ਇਨ 1947, ਪੰਜਾਬ ਨੂੰ ਦੋ ਭਾਗਾਂ 'ਚ ਵੰਡਤਾ ਸੀਗਾ। ਇੱਕ ਬਣ ਗਿਆ ਸੀ ਵੈਸਟ ਪੰਜਾਬ, ਇੱਕ ਬਣ ਗਿਆ ਸੀ
एक लहंदा पंजाब सी, एक चढ़दा पंजाब सी। ठीक है जी। हुण यूनाइटेड पंजाब दी गल करांगे, मतलब कि वंडन तो पहला पंजाब की सी। देखियो पंजाब दे 29 डिस्ट्रिक्ट सी गाइस, पांच डिवीजना सी। ठीक है जी, पांच डिवीजना सी। ते हुण जेड़ा आज दे समय पाकिस्तान वाला एरिया है ना, यह पाकिस्तान नू किन्ने डिस्ट्रिक्ट चले गए सी नतियां जो 16। ते अपने जो मौजूदा पंजाब है इंडिया दा पंजाब, इहदे च किन्ने रह गए सी 13 डिस्ट्रिक्ट। ठीक है, क्लेरिफिकेशन हो गई इसकी। हुण पांच डिवीजना दे विचों की है, तीन डिवीजन उधर चली गई हैं ते दो डिवीजन, डिवीजन की हुंदी है मतलब एक डिवीजन दे विच की है तीन तो चार तो पांच, मतलब एक तो ज्यादा डिस्ट्रिक्टां दी डिवीजन बनदी है। दो डिवीजन पता केड़े केड़े हुंदे सी, एक तो अंबाला सी एक जलंधर सी, दो डिवीजन। ते हुण टाइम 47 तो बाद की है, इन्ना की एरिया अपन मिल गया। कोई दस सकदा कि यूनाइटेड पंजाब की सी अपने आप दे विच की है 100% सी, 100% दे विचों किन्ने परसेंट एरिया अपन नूं मिलिया ते किन्ने परसेंट एरिया उधर चला गया 47 तो बाद। अमनदीप ते सुमन बस लास्ट है अपना अज दा। ਇਹ ਕੁਛ ਨਾ ਅਨਸੁਣੀਆਂ ਗੱਲਾਂ ਨੇ, ਪਤਾ ਵੀ ਨਹੀਂ ਨੋ ਡਾਊਟ, ਕੁਛ ਅਣਿਆ ਸੁਣਿਆ। ਇਸ ਚ ਕੀ ਆਊਗਾ, ਕਿੰਨੇ ਪਰਸੈਂਟ ਏਰੀਆ ਚਲਾ ਗਿਆ ਉਧਰ, ਉਨੱਤਰ%। ਇੱਧਰ ਕਿੰਨਾ ਰਹਿ ਗਿਆ, 31%। 31% ਏਰੀਆ ਲਗਭਗ अपने च आया। चलो जी, टाइम आ गया कदों, एक नवंबर 1966 का, 13 तो घट के किन्ने रह गए, 11 रह गए। जिहड़ी अंबाला डिवीजन सी किधर चली गई, हरियाणा बन गया, नाल की है डिस्ट्रिक्ट भी लै गया, घट के डिस्ट्रिक्ट 11 रह गए। समा आया, सिलसिला वधी गया वधी गया। फिर टाइम आऊगा 27 जुलाई 2011। हुण एदो तक किन्ने डिस्ट्रिक्ट सी, 21 डिस्ट्रिक्ट, मतलब 20 डिस्ट्रिक्ट सी इस तो पहला। 2011 तक 20 डिस्ट्रिक्ट सी, ते 21st डिस्ट्रिक्ट ऑफ पंजाब केड़ा बनेगा इस, फाजलिका किस तो अलग होके की बनिया सी, ये फिरोजपुर 21 डिस्ट्रिक्ट बन गया। इसे ही दिन एक होर डिस्ट्रिक्ट बनिया सी 22nd, कौन बनिया सी का, जिदा नाम की है पठानकोट। वेरी यस, पठानकोट। पठानकोट की बन गया अपना 22वा डिस्ट्रिक्ट। किस तो अलग हो के, गुरदासपुर तो अलग हो के। गुरदासपुर की यह तहसील होया करती सी, ते तहसील की बन गई, डिस्ट्रिक्ट बन गई उस तो अलग हो के। ते राइट नाउ पठानकोट हैज स्मॉलेस्ट एरिया एज अ डिस्ट्रिक्ट वाइज, आ दोनों बन गए। चौदह मई 2021 नू की बन गया, यस मलेरकोटला की अपने पंजाब का। 23वां का सिलसिला कदों शुरू होया है, 47 तो पहला की गल करांगे। देख लो एक एक तुसीं नोट करके पेयर च परो सकते हो, जे डिस्ट्रिक्टां का पिछोकड़ आ गया। आ लो जी, 29 होंदे सी पहला, 100% एरिया ਹੁੰਦਾ ਸੀ ਪੰਜਾਬ ਦਾ। ਠੀਕ ਹੈ ਜੀ, 69 ਲੈ ਗਏ ਉਹ ਤੇ 31 ਰਹਿ ਗਏ ਇੱਥੇ। ਹੁਣ 31
बन गया 100, ठीक है जी 100 हो गया, नो मान लेने 100 ते 31% अगे जाके पता करो तोड़िया सी 66, मतलब पंजाब का जो 31% रह गया सी 47 तो बाद वो अगे जाके फर्दर टुट गया कदों 66, क्यों? हिमाचल हरियाणा तो तुहाडे अकॉर्डिंग किन्ना रह गया होगा? मैं जे तुहानूं दसां घट्टो घट्ट की 15% रह गया होगा, जिते जिथे आपां अज दे टाइम च रह रहे हां वो 15% है किहदा? पुराने पंजाब का 15% रह गया। आपां मौजूदा पंजाब च रह रहे हां तां उह की है 85% अपना पंजाब अपने कोले नहीं है, सिर्फ 15% च रह गए। तां तुसीं सोचो जे 15% एडा वड्डा है तो 100% किटा वड्डा सी। जे आपां कहीए कि भी हाँ तुसीं कदे पंजाब नूं सारे नूं घूमे आ चारे पासे, नहीं, तो तुहानूं पता लग गया इत्थे 29 तो बाद की है 13 रह गईआं 2 डिवीजनां, उस तो बाद की है 11 डिस्ट्रिक्ट रह गए 1966 च, उस तो बाद की है 2011 च 9 दमें नवें डिस्ट्रिक्ट बने ने, फाजलिका हो गया ते पठानकोट हो गया, ते फाजलिका हेयर इज अ हाँ दोनों सेम डेट च बने सी। ते उस तो बाद 2021 नू कैप्टन सरकार ने की है, कांग्रेस ने की है, ऐलानिया कि मलेरकोटला 23वां डिस्ट्रिक्ट बन चुका है। तो यह जो पूछा जाए ना पंजाब का 23वां डिस्ट्रिक्ट कदों बनिया सी, उत्थे पाती ऑप्शन 2020, 2021, 2022, 2019, ऐसे कन्फ्यूज हो जाएंगे भी 2020 है जां 21 है जां 22 है, कॉम्प्लीकेशन आ जाएंगे क्योंकि इन्ना लेटेस्ट है कि भी अपन ने गौर ही नहीं फरमाई। मैं तुम्हें डेट 14 मई जे आप गल करिए डिवीजना, जे अज 23 डिवीजना हो गई, सॉरी 23 डिस्ट्रिक्ट ने, तो यह 23 डिस्ट्रिक्ट कितनी डिवीजना दे विच ने? 5 डिवीजना दे विच ने, मतलब हर एक डिवीजन दे विच की हुंदे ने एक तो ज्यादा डिस्ट्रिक्ट ने। फॉर एग्जाम्पल पटियाला एक डिवीजन भी है ते पटियाला एक डिस्ट्रिक्ट भी है। डिवीजन का जो मुखी हुंदा है उन्हों बोलते हैं अपना कमिश्नर, ते हर एक डिस्ट्रिक्ट का की हुंदा है डेप्यूटी कमिश्नर, मतलब कमिश्नर वड्डा है उस तो छोटा कौन है? ते नाम च वड्डे छोटे ने पर दोने की ने आईएसी ने, मतलब कमिश्नर कोले की आ 4-5-6 डिस्ट्रिक्ट होणगे उसके अंडर, ते डिप्टी कमिश्नर कोले एक डिस्ट्रिक्ट होगा। तो 5 डिवीजन ते जिहड़ी लेटेस्ट डिवीजन बनी है पंजाब की वह बनी है 2010 दे विच दिसंबर का महीना सी रोपड़। रोपड़ की है अपनी लेटेस्ट डिवीजन है सिंस 2010 दिसंबर 2010। तो थोड़ा डिस्ट्रिक्ट भी पता लग गए, कि 3 डिस्ट्रिक्ट पता लग गए, कहते नवे डिस्ट्रिक्टों को की है अरेंज करो तरतीब वार लगाओ, आ तो 3 लग सकते हैं फाजिलका पठानकोट मलेरकोटला ईजी हो गया। जे इनू ना लाया जाए पुछते हैं पेपर च क्वेश्चन कि पंजाब के 2 नवे डिस्ट्रिक्ट फाजिलका से पठानकोट कि साल बने से 2009, 2011, 2012, 2013, चलो जी पता होगा लग जूगा, नहीं पता होगा नहीं। ओके 2011 ਦੇ ਵਿੱਚ ਹੇਠ ਲਿਖਿਆ ਵਿੱਚੋਂ ਕਿਹੜਾ ਪੰਜਾਬ ਦੇ ਨਵੇਂ ਡਿਸਟ੍ਰਿਕਟ ਬਣੇ ਸੀ? ਸਟੇਟਮੈਂਟ ਆ ਦੇ ਦਿੰਦੇ ਆ, ਦੋਨੇ ਬਣੇ ਸੀ, ਉਲਟੇ ਸਿੱਧੇ ਦੀ ਕਰਨਾ। ਤੇ ਆਪਣਾ ਓਲਡੈਸਟ ਡਿਸਟ੍ਰਿਕਟ ਕਿਹੜਾ ਹੈ ਗਾਇਸ? ਫਿਰੋਜ਼ਪੁਰ ਹੈ, ਦੱਸ ਚੁੱਕਿਆ ਮੈਂ। ਪਾਕਿਸਤਾਨ ਦੇ ਨਾਲ ਆਪਣੇ ਕਿੰਨੇ ਡਿਸਟ੍ਰਿਕਟ ਜੁੜਦੇ ਨੇ? ਪਾਕਿਸਤਾਨ ਦੇ ਨਾਲ ਇਹ ਪੀਪੀਐਸਸੀ ਦਾ ਕੁਐਸਚਨ ਸੀਗਾ, ਸੀਨੀਅਰ ਅਸਿਸਟੈਂਟ ਨਹੀਂ ਹੈ, ਪੀਪੀਐਸਸੀ ਨੇ ਪੇਪਰ ਲਿਆ ਸੀਗਾ ਬੀ ਗ੍ਰੇਡ ਦਾ, ਉਹ 'ਚ ਪੁੱਛਿਆ ਗਿਆ ਸੀ ਪੰਜਾਬ ਦੇ ਕਿੰਨੇ ਡਿਸਟ੍ਰਿਕਟ ਪਾਕਿਸਤਾਨ ਦੇ ਨਾਲ ਟੱਚ ਕਰਦੇ ਨੇ, ਤਾਂ 6 ਡਿਸਟ੍ਰਿਕਟ ਆਨਸਰ ਆਊਗਾ ਇਹ, ਰਚ ਲਓ ਰੈਟ ਕਰ ਲਓ। ਤਾਂ ਇਹ ਸਾਰੀਆਂ ਫੈਕਟ ਬੇਸਡ ਗੱਲਾਂ ਗਾਇਸ, ਜਸਟ ਆ ਬਿਗਨਿੰਗ, ਜਸਟ ਆ ਇੰਟਰੋਡਕਸ਼ਨ ਆਫ ਪੰਜਾਬ। ਅਤੇ ਇਹ ਕੀ ਹੈ, ਕੁਝ ਕਿਤਾਬਾਂ ਤੋਂ ਬਾਹਰ ਹੋ ਕੇ ਮੈਨੇ, ਜਿਵੇਂ ਕਿਤਾਬਾਂ ਦੇ ਅਕੋਰਡਿੰਗ ਪੜ੍ਹਦੇ ਹਾਂ ਜਾਂ ਕਰਵਾਉਂਦੇ ਹਾਂ ਨਾ, ਉਸ ਤੋਂ ਬਾਹਰ ਹੋ ਕੇ ਸਭ ਕੁਝ ਚੱਲਿਆ ਇਹ। ਐਵੇਂ ਨਹੀਂ ਹੈ ਕਿ ਵੀ ਇਹਦਾ ਕਿਹਦੇ ਨਾਲ ਟੱਚ ਆ ਕਿਹਦੇ ਨਾਲ ਟੱਚ ਆ, ਮੈਂ ਸਾਰਾ ਕੁਝ ਮਿਕਸ ਹੀ ਕਰਵਾਤਾ ਇੱਥੇ, ਪਰ ਕੀ ਹੈ ਜਸਟ ਪੰਜਾਬ ਦੀ ਇੰਟਰੋਡਕਸ਼ਨ ਹੈ, ਉਸਦਾ ਏਰੀਆ ਹੋ ਏਰੀਆ ਉਰੇ ਕਰਾਂਗੇ ਬਾਅਦ ਚੋਂ। ਇੰਡੀਆ ਦੇ ਏਰੀਏ 2011 ਦੇ ਸੈਂਸਸ ਦੀਆਂ ਗੱਲਾਂ। ਤਾਂ ਅਮਨ ਸੁਮਨ
Both of you done? Yes, guys. I hope सारे समझ आ गया होगा।